ਦਾ ਨਾ ਸਬਕ ਸੁਣਦੇ। ਚਲੋ ਥੱਲੇ ਰੱਖੋ ਨਾ ਪਹਿਲੇ। ਹਾਂਜੀ ਚਲੋ ਸੁਣਾਓ। ਹਾਂ ਕੀ ਕੀ ਚੁੱਕਦਾ ਚੁੱਕਣ ਦਾ ਦਿਆ ਵਾ ਹੈ, ਦੇਖ ਚੁੱਕਦਾ ਪਿਆ ਹੋਵੇ। ਮਾਸ਼ਾਅੱਲਾ ਮਾਸ਼ਾਅੱਲਾ, ਨਹੀਂ ਰੇਹ ਸੋਹਣੀ ਆਈ ਹੈ। ਅਤੇ ਅਸੀਂ ਇਹਨਾਂ ਦਾ ਇੰਟਰਵਿਊ ਕਰਵਾ ਲੈਂਦੇ ਵਾਂ। ਅਸਲਾਮ ਵਾਲੇਕਮ ਜਨਾਬ, ਕੀ ਹਾਲ ਹੈ? ਤੁਸੀਂ ਇਸੇ ਠੀਕ ਹੈ? ਕਿੱਦਾਂ ਬਈ, ਨਵੀਂ ਤਾਜ਼ੀ? ਠੀਕ ਆ? ਰਾਤ ਦੀ ਨਾ ਪਰਲੇ ਨੂੰ ਦਵਾਈ ਦਿੱਤੀ, ਦੇਖੋ ਘਾਹ ਕਿਵੇਂ ਖਾ ਰਿਹਾ। ਠੀਕ ਹੈ ਨਾ, ਰਾਤੀ ਅਸੀਂ ਨਾ ਇਹ ਕੁਛ ਖਾਣ ਨਹੀਂ ਦਿਆ ਸੀਗਾ ਇਹਨੂੰ, ਅਸੀਂ ਰਾਤ ਨਾ ਫਿਰ ਐ ਨਾ ਮੰਗਾਈ, ਪਹਿਲੇ ਦੀ ਮੰਗਾ ਕੇ ਰੱਖੀ ਹੋਈ ਸੀ। ਇਹ ਅਸੀਂ ਨਾ ਮਿਕਸਚਰ ਦੇ ਕੇ ਹਟੇ ਆ, ਠੀਕ ਹੈ ਨਾ, ਅਤੇ ਫਿਰ ਇਹਨੂੰ ਮਿਕਸਚਰ ਦਿੱਤੀ ਆ ਅਤੇ ਹੁਣ ਲੱਗ ਤੇ ਠੀਕ ਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕਮ, ਵੈਲਕਮ ਕਰਦੇ ਵੀ ਅਨਦਰ ਵਲੋਗ ਦੇ ਵਿੱਚ। ਮੀਤ ਕਰਦਾ ਪਹਿਲੇ ਪੈਰ ਪੈਸਾ ਠੀਕ ਹੋਣਗੇ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸ਼ਾਦੋ ਬਾਦ ਰੱਖੇ, ਹਾਰਾਂ ਨਾਲੇ ਦੁੱਖ ਤਕਲੀਫ ਤੋਂ ਨਜਾਰ ਦੇ। ਅਤੇ ਗੁੱਡ ਮੋਰਨਿੰਗ, ਸੁਬਹਾ ਸੁਬਹਾ ਦਾ ਟਾਈਮ ਆ, ਅੱਲਾਹ ਖੈਰ ਕਰੇ। ਅਤੇ ਮੇਰੇ ਭਲਵਾਨ ਸਾਹਿਬ ਇੱਧਰ ਬੈਠੇ ਹੋਏ ਵਾ। ਵਾਲੇਕੁਮ ਸਲਾਮ, ਕੈਸੇ ਹੋ? ਠੀਕ ਹੋ? ਅਤੇ ਬਾਕੀ ਕਿੱਧਰ ਗਏ? ਬਾਹਰ ਹੋਣੇ ਆ। ਅੱਛਾ ਜੀ, ਅੱਲਾਹ ਖੈਰ ਕਰੇ। ਜਿਸ ਤਰ੍ਹਾਂ ਕਿ ਮਸਜਿਦ ਦੇ ਵਿੱਚ ਮੇਰੀ ਮਾਂ ਜੀ ਦੀ ਤਰਫੋਂ ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਸੁਬਹਾ ਸੁਬਹਾ ਦਾ ਟਾਈਮ ਆ, ਨੂਰ ਪੀਰ ਦਾ, ਯਕੀਨ ਕਰੋ ਸੁੱਤਾ ਉੱਠਿਆ ਵੈਸੇ ਅਲਹਮਦੁਲਿਲਾ। ਅੱਛਾ, ਸਭ ਤੋਂ ਪਹਿਲੇ ਇਹ ਵੀ ਦੱਸ ਦਿੰਦਾ ਕਿ ਕਮੈਂਟ ਆਏ ਸੀਗੇ ਕਿ ਗਫਾਰ ਬਾਈ ਤਬੀਅਤ ਦੇ ਬਾਰੇ ਨਾ, ਜਦੋਂ ਮੈਂ ਵੀਡੀਓ ਪਾਈ ਸੀ ਕਿ ਮੇਰੇ ਸਿਰ 'ਚ ਨਾ ਦਰਦ ਆ, ਦਮ ਕਰਾਇਆ ਅਲਹਮਦੁਲਿਲਾ, ਠੀਕ ਆ। ਠੀਕ ਹੈ ਨਾ, ਕਿਉਂਕਿ ਆਪਣੀ ਦਵਾਈ ਸ਼ਵਾਈ ਜਿਹੜੀ ਉਹ ਤਾਂ ਖਾਂਦਾ ਹੀ ਖਾਂਦਾ ਸੀਗਾ, ਠੀਕ ਹੈ ਨਾ, ਕਿ ਹੋਰ ਤਾਂ ਮੈਂ ਦਵਾਈ ਨਹੀਂ ਖਾ ਸਕਦਾ ਸੀਗਾ, ਲੇਕਿਨ ਫਿਰ ਨਾ ਦਮ ਸ਼ਮ ਕਰਵਾਇਆ ਅਤੇ ਠੀਕ ਆ ਹੁਣ ਲੱਗ ਕੇ ਸਿਰ। ਅਤੇ ਸਿਰ ਬੜਾ ਹੀ ਬੁਰਾ ਹਾਲਾਤ ਸੀਗਾ, ਅਤੇ ਰਾਤ ਦੀ ਪੱਟੀ ਵੈਸੇ ਖੁੱਲ੍ਹ ਚੁੱਕੀ ਆ ਜਦੋਂ ਦਾ ਦਮ ਕਰਵਾਇਆ, ਦੋ ਦਮ ਕਰਵਾਏ ਆ, ਅੱਲਾਹ ਕਿਤੇ ਸਕੂਨ ਆ। ਅੱਛਾ, ਅੱਲਾਹ ਖੈਰ ਕਰੇ, ਮਾਂ ਜੀ ਦੀ ਗੱਲ ਹੋਈ ਸੀ, ਜਿਸ ਤਰ੍ਹਾਂ ਕਿ ਮੇਰੀ ਮਾਂ ਜੀ ਨੇ ਅਲਹਮਦੁਲਿਲਾ ਪਹਿਲੇ ਟਰਾਲੀ ਦੀਆਂ ਦੋ ਇੱਟਾਂ ਦੀਆਂ ਸਟਵਾਈਆਂ, ਅੱਲਾਹ ਖੈਰ ਕਰੇ, ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇ, ਅੱਲਾਹ ਤਾਲਾ ਉਹਨਾਂ ਦਾ ਦਿੱਤਾ ਹੋਇਆ ਆਪਣੀ ਬਾਰਗਾਹ 'ਚ ਕਬੂਲੋ ਮਨਜ਼ੂਰ ਫਰਮਾਵੇ। ਹੁਣ ਮੇਰੀ ਮਾਂ ਜੀ ਦੀ ਤਰਫੋਂ ਆ ਰਹੀ ਆ ਰੇਤ, ਠੀਕ ਹੈ ਨਾ, ਰੇਤ ਵਗੈਰਾ ਔਰ ਹੋਰ ਵੀ ਸਮਾਨ ਹੈ, ਠੀਕ ਹੈ ਨਾ, ਨਾਲ ਨਾਲ ਇਨਸ਼ਾਅੱਲਾ ਦੱਸ ਦੇਵਾਂ। ਮੈਨੂੰ ਹੁਣੇ ਹੁਣੇ ਫੋਨ ਆਇਆ ਵਾ, ਠੀਕ ਹੈ ਨਾ, ਅਤੇ ਮੈਂ ਸੁੱਤਾ ਉੱਠਿਆ ਔਰ ਤੈਨੂੰ ਆਪਣੇ ਵੀਰ ਦੀ ਤਬੀਅਤ ਦਾ ਹਿਸਾਬ ਕਿਤਾਬ ਦਾ ਨਜ਼ਰ ਆਉਂਦਾ ਹੋਣਾ ਕਿ ਆਵਾਜ਼ ਤੋਂ ਥੋੜ੍ਹੀ ਜਿਹੀ ਆਵਾਜ਼ ਤਬਦੀਲ ਹੈ, ਠੀਕ ਹੈ ਨਾ, ਲੇਕਿਨ ਅੱਲਾਹ ਕਿਤੇ ਇਨਸ਼ਾਅੱਲਾ ਇਨਸ਼ਾਅੱਲਾ ਬਿਹਤਰ ਹੋ ਜਾਏਗੀ, ਠੀਕ ਹੈ ਨਾ। ਉਹ ਸਿਰਫ ਨਾ ਸਿਰ ਦੀ ਵਜ੍ਹਾ ਤੋਂ ਨਾ, ਦਵਾਈ ਲੇਟ ਹੋਈ ਉਹਦੀ ਵਜ੍ਹਾ ਤੋਂ, ਠੀਕ ਹੈ ਨਾ, ਉਸ ਵਜ੍ਹਾ ਤੋਂ ਨਾ ਥੋੜ੍ਹਾ ਜਿਹਾ ਹੋ ਜਾਂਦਾ। ਚਲੋ ਅੱਛਾ, ਅੱਲਾਹ ਖੈਰ ਕਰੇ, ਅਤੇ ਮੈਂ ਹੁਣ ਨਾ ਚੱਲਦਾ ਵਾਂ, ਉਦੋਂ ਮੈਨੂੰ ਭਾਈ ਦਾ ਫੋਨ ਆਇਆ ਕਿ ਰੇਤ ਆ ਰਹੀ ਹੈ। ਮੈਂ ਉੱਠਿਆ ਜਲਦੀ ਨਾਲ, ਆਪਣਾ ਵਲੋਗ ਸਟਾਰਟ ਕੀਤਾ, ਵਲੋਗ ਸਟਾਰਟ ਕਰਕੇ ਅਤੇ ਮੈਂ ਨਾ, ਮੈਂ ਕਿਹਾ ਜਲਦੀ ਨਾਲ ਨਾ ਦੇਖਾਂ ਭਾਈ ਹੁਣੇ ਆ ਗਏ ਹੋਣੇ ਵਾਂ, ਠੀਕ ਹੈ ਨਾ, ਹਲੇ ਤੱਕ ਕੋਈ ਨਹੀਂ ਆਏ। ਲੇਕਿਨ ਹਾਂਜੀ ਬਾਬਾ ਜੀ, ਹੈਂ ਸਮਝ ਨਹੀਂ ਆਈ। ਅੱਛਾ ਮੈਂ ਦਿੰਦਾ, ਨਹੀਂ ਮੈਂ ਗਿਆ ਹੀ ਨਹੀਂ ਸ਼ਹਿਰ, ਸ਼ਹਿਰ ਮੈਂ ਰਾਤ ਦਾ ਗਿਆ ਹੀ ਨਹੀਂ ਹੈਗਾ, ਮੈਨੂੰ ਤੇਰੇ ਸਾਹਮਣੇ ਸੀ, ਮੈਂ ਆਪਣਾ ਸਿਰ ਬੱਧਾ ਸੀਗਾ। ਹੈਂ ਨਹੀਂ ਮੈਂ ਤਾਂ ਉਹ ਆ ਰਹੀ ਵਾ ਮਸਜਿਦ ਦੀ ਰੇਤ ਰੂਤ ਵਗੈਰਾ, ਠੀਕ ਹੈ ਨਾ, ਰੇਤ ਵਗੈਰਾ ਆ ਰਹੀ ਆ ਅਤੇ ਉਹ ਲਵਾਉਣ ਲੱਗਾ ਵਾ ਮਸਜਿਦ ਦੀ ਰੇਤ ਵਗੈਰਾ, ਇਸ ਤਰ੍ਹਾਂ ਮਸਾਲੇ। ਚਲੋ ਠੀਕ ਹੋ ਗਿਆ। ਅਤੇ ਅੱਛਾ ਜੀ, ਅੱਲਾਹ ਖੈਰ ਕਰੇ, ਮਸਜਿਦ ਦੀ ਰੇਤ ਸੀਗੀ, ਠੀਕ ਹੈ ਨਾ, ਅਤੇ ਇਹ ਚੋਰੀ ਸਾਹਿਬ ਇੱਧਰ ਸੁਬਹਾ ਸੁਬਹਾ ਕੰਮ ਚੈੱਕ ਕਰੋ, ਨਾਸ਼ਤਾ ਕਰ ਲਿਆ, ਸਲਾਮ ਕਰੋ। ਨਹੀਂ ਤੂੰ ਵੀ ਖੇਡ ਲਾ ਬਹਿ ਕੇ, ਮੈਨੂੰ ਦੇਖ ਕੇ ਨਾਲ ਹੀ ਉੱਠ ਕੇ ਸਾਈਡ 'ਤੇ ਕਿ ਤੂੰ ਬੜੀ ਚੀਜ਼ ਆ, ਮੈਂ ਤੇਰਾ ਲਾ ਲਿਆ ਹਿਸਾਬ ਤਾਂ, ਸੁਬਹਾ ਸੁਬਹਾ ਖੇਡਣ ਦੇ ਆ। ਅੱਛਾ ਜੀ, ਬਿਨਾਂ ਟਾਈਮ ਵੇਸਟ ਕੀਤੇ ਕਰਦੇ ਆਪਣਾ ਵਲੋਗ ਸਟਾਰਟ। ਜਿਹਨਾਂ ਸਬਸਕ੍ਰਾਈਬ ਨਿਊ ਆ ਸਾਡੇ ਚੈਨਲ 'ਤੇ, ਜਿਹਨਾਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਨਾਲ ਕਰੋ ਸਬਸਕ੍ਰਾਈਬ, ਕਰਦੇ ਹਾਂ ਅੱਜ ਦਾ ਮਜ਼ੇਦਾਰ ਜਿਹਾ ਵਲੋਗ ਸਟਾਰਟ। ਸੁਬਹਾ ਸੁਬਹਾ ਨਾ ਮੈਨੂੰ ਉਠਾ ਕੇ ਨਾ ਕਹਿੰਦੇ ਮਸਜਿਦ ਦੇ ਅੱਗੇ ਨਾ ਟਰਾਲੀ ਆ ਗਈ,
ਤੇ ਮੈਂ ਨਾ ਉੱਥੇ ਗੇੜਾ ਕੱਢ ਗਿਆ, ਕੋਈ ਸ਼ੈ ਵੀ ਕੋਈ ਨਹੀਂ ਉੱਥੇ, ਟਰਾਲੀ ਕੋਈ ਨਹੀਂ, ਠੀਕ ਹੈ ਨਾ। ਆਹ ਮੇਰੇ ਨਾਲ ਦੇ ਹੁਣ ਮਸਜਿਦ ਦਾ ਮੈਂ ਸਾਹਮਣੇ ਬੈਠਾ, ਮੈਂ ਕਿਹਾ ਮੈਂ ਜਿੰਦੇ ਟਰਾਲੀ ਆਉਂਦੀ ਮੈਂ ਹੁਣ ਫੋਨ ਕੀਤਾ, ਮੇਰਾ ਫੋਨ ਨਹੀਂ ਚੱਕਦਾ। ਮੈਨੂੰ ਲੱਗਦਾ ਵਾ ਕਿ ਰਸਤੇ ਦੇ ਵਿੱਚ ਹੀ ਨਾ ਕਿਤੇ ਨੇੜੇ ਛੇੜੇ ਪਹੁੰਚੀ ਹੋਈ ਆ। ਮੈਂ ਆਉਣੀ ਦੇਰ ਨਾ ਮੈਂ ਕਿਹਾ ਮੈਂ ਨਾਸ਼ਤਾ ਕਰ ਲਵਾਂ, ਅਤੇ ਅਲੀ ਦਾ ਸਮੀ ਲਾ ਨੂੰ ਮੈਂ ਕਿਹਾ ਇੱਥੇ ਬਾਹਰ ਹੀ ਲਿਆ ਦਿਉ, ਠੀਕ ਹੈ ਨਾ, ਨਾਸ਼ਤਾ। ਮੈਂ ਇੱਥੇ ਬਹਿ ਕੇ ਨਾਸ਼ਤਾ ਕਰਦਾ, ਨਾਸ਼ਤਾ ਕਰਕੇ ਉਨੀ ਦੇਰ ਨੂੰ, ਠੀਕ ਹੈ ਨਾ, ਉਨੀ ਦੇਰ ਕਿਤੇ ਹੋਰ ਰਸਤੇ ਰੁਸਤੇ ਚੁਣੀ ਆ ਟਰਾਲੀ ਆਉਂਦੀ ਹੋਣੀ ਆ, ਜਿਵੇਂ ਆ ਜਾਂਦੀ ਅੱਲਾ ਖੈਰ ਕਰੇ ਫਿਰ ਲਵਾ ਲੈਂਦਾ ਵਾਂ, ਠੀਕ ਹੈ ਨਾ। ਅਤੇ ਮੈਂ ਕਿਹਾ ਮੈਂ ਬਾਹਰ ਹੀ ਬੈਠਦਾ ਵਾਂ, ਠੀਕ ਹੈ। ਅਤੇ ਪਾਣੀ ਵੀ ਲਿਆਇਆ ਮੇਰੇ ਪੁੱਤ, ਨਾਸ਼ਤਾ ਹੋ ਗਿਆ, ਤਿਆ ਬਸ ਮੁਕੰਮਲ ਹੋ ਗਿਆ ਇੱਥੇ, ਚਲੋ ਅੱਲਾ ਖੈਰ ਕਰੇ। ਅੱਛਾ ਜੀ, ਮੈਂ ਨਾਸ਼ਤਾ ਕਰਨ ਲੱਗਾ ਵਾਂ, ਠੀਕ ਹੈ ਨਾ। ਨਾਸ਼ਤੇ ਦੇ ਵਿੱਚ ਹੈਗੇ ਉਹੀ ਆਲੂ ਮਟਰ, ਠੀਕ ਹੈ ਨਾ, ਦੁਬਾਰਾ ਫਿਰ ਆਲੂ ਮਟਰ ਹੀ, ਠੀਕ ਹੈ ਨਾ, ਆਲੂ ਮਟਰ ਔਰ ਸੁੱਕੀ ਰੋਟੀ। ਉਹ ਤਾਂ ਤੁਹਾਨੂੰ ਪਤਾ ਡੈਡਾ ਵੀਰ ਖਾਂਦਾ ਹੀ ਸੁੱਕੀ ਰੋਟੀ ਆ, ਇਹ ਸੁੱਕੀ ਰੋਟੀ ਆ ਗਈ ਮੇਰੀ, ਠੀਕ ਹੈ। ਅਤੇ ਬਿਸਮਿਲ੍ਲਾ ਪੜ੍ਹਦੇ ਵਾਂ, ਅੱਲਾ ਖੈਰ ਕਰੇ ਜਿਸ ਜਿਸ ਭੈਣ ਭਾਈ ਨੇ ਨਾਸ਼ਤਾ ਕਰਨਾ, ਵੈਲਕਮ ਜੀ ਆਇਆਂ ਨੂੰ, ਨਹੀਂ ਤਾਂ ਅਸੀਂ ਇਹਨਾਂ ਦਾ ਅੱਗਾ ਨਾਸ਼ਤਾ ਕਰਾਂ। ਅੱਛਾ ਜੀ, ਮਾਸ਼ਾ ਅੱਲਾ ਅਲਹਮਦੁਲਿਲਾ, ਮੈਂ ਨਾਸ਼ਤਾ ਵਗੈਰਾ ਵੀ ਕਰ ਲਿਆ। ਚੱਲ ਮੇਰੇ ਪੁੱਤ ਲੈ ਜਾ ਬਰਤਨ, ਠੀਕ ਹੈ, ਚਾਹ ਅਤੇ ਦੋ ਕੱਪ ਮੰਮਾ ਨੂੰ ਕਹਿ ਬਣਾ, ਅਤੇ ਮੈਂ ਜ਼ਰਾ ਜਲਦੀ ਨਾਲ ਭੱਜਾਂ ਕਿਉਂਕਿ ਰੇਤ ਆ ਚੁੱਕੀ ਆ, ਠੀਕ ਹੈ ਨਾ। ਅੱਲਾ ਖੈਰ ਕਰੇ ਮੇਰੇ ਕੋਲ ਦੀ ਲੰਘੀ, ਅਤੇ ਮੈਂ ਕਿਹਾ ਤੁਸੀਂ ਉੱਥੇ ਪਹੁੰਚੋ ਅਤੇ ਮੈਂ ਆਇਆ ਤੋਂ ਪਹਿਲੇ, ਮੈਂ ਉੱਧਰ ਨੂੰ ਮੈਂ ਕਿਹਾ ਜਾ ਕੇ ਨਾ ਰੇਤ ਵਗੈਰਾ ਨਾ ਆਪਣੀ ਜਿਹੜੀ ਉਹ ਤੁਰਵਾ ਲਵਾਂ, ਠੀਕ ਹੈ ਨਾ। ਅਤੇ ਸਭ ਭੈਣ ਭਾਈ ਮੇਰੀ ਮਾਂ ਵਾਸਤੇ ਦੁਆ ਕਰਨਾ, ਉਹਨਾਂ ਨੇ ਮਸਜਿਦ ਵਾਸਤੇ ਬਹੁਤ ਸਾਰਾ ਕਰਨ ਦੇ ਵਾ, ਟਰਾਲੀਆਂ ਇੱਟਾਂ ਦੀਆਂ ਵੀ ਸਾਹਮਣੇ ਪਈਆਂ, ਉਹ ਵੀ ਆਇਆ ਪਿਆ, ਰੋੜਾ ਵੀ ਆਇਆ ਪਿਆ, ਅੱਜ ਰੇਤ ਵੀ ਆ ਗਈ, ਔਰ ਇਨਸ਼ਾਅੱਲਾ ਇਨਸ਼ਾਅੱਲਾ ਇੱਕ ਦੋ ਦਿਨਾਂ ਦੇ ਵਿੱਚ ਨਾ ਅਸੀਂ ਇਨਸ਼ਾਅੱਲਾ ਕੰਮ ਜਿਹੜਾ ਵਾ ਚਾਲੂ ਕਰਾ ਦੇਵਾਂਗੇ, ਇਨਸ਼ਾਅੱਲਾ, ਅੱਲਾ ਖੈਰ ਕਰੇ, ਠੀਕ ਹੈ ਨਾ। ਅਤੇ ਬਾਕੀ ਹੁਣ ਨਾ ਇਹਦੀ ਜਗ੍ਹਾ ਬਣਾਉਂਦੇ ਹਾਂ, ਇਸ ਜਗ੍ਹਾ 'ਤੇ ਨਾ ਇੱਕ ਸਾਈਡ 'ਤੇ ਲਵਾਉਣੀ ਵਾ, ਠੀਕ ਹੈ, ਰੇਤ, ਠੀਕ ਹੈ। ਅਸਲਾਮ ਵਾਲੇਕੁਮ ਸਾਹ ਜੀ, ਕਿਆ ਹਾਲ ਹੈ, ਤਬੀਅਤ ਸਿਹਤ ਠੀਕ ਹੈ, ਠੀਕ ਹੈ, ਰੇਟ ਠੀਕ ਹੈ ਸਾਹ ਜੀ, ਬਿਲਕੁਲ VIP, ਕਿਉਂਕਿ ਪਤਾ ਕੀ ਗੱਲ ਹੈ, ਪੈਸਾ ਜਿਹੜਾ ਵਾ ਉਹ ਤਾਂ ਲੱਗਦਾ ਹੀ ਪਿਆ, ਠੀਕ ਹੈ ਨਾ। ਮੇਨ ਚੀਜ਼ ਹੁੰਦੀ ਆ, ਮੇਰੀ ਇੱਕ ਸੋਚ ਹੁੰਦੀ ਆ ਕਿ ਜਿਹੜਾ ਅੱਲਾ ਦਾ ਕਾਰਨ ਆ ਇਹਦੇ ਵਿੱਚ ਇਹ ਹੈ ਮਸਜਿਦ, ਠੀਕ ਹੈ ਨਾ, ਇਹ ਚੀਜ਼ ਅੱਛੀ ਲੱਗਣੀ। ਮਨਾਸਰ ਭਾਈ ਨੂੰ ਵੈਸੇ ਕਿਹਾ ਸੀ ਮੈਂ ਕਿਹਾ ਜਿਹੜੀ ਮਸਜਿਦ ਦੀ ਰੇਤ ਹੈ ਨਾ, ਰੇਤ ਅੱਛੀ ਰਹੇ, ਚਲੋ ਅੱਲਾ ਖੈਰ ਕਰੇ। ਮੈਂ ਇੱਕ ਮਿੰਟ ਜਗ੍ਹਾ ਬਣਵਾ ਲਵਾਂ, ਠੀਕ ਹੈ ਨਾ, ਮੈਂ ਇਹਨਾਂ ਨੂੰ ਨਹੀਂ, ਉਹ ਕਲੋਨੀ ਹੋਰ ਆ ਵਿੱਚ ਪੈ ਗਈ ਸੜਕ, ਹਾਂਜੀ ਹਾਂਜੀ, ਵੀਰੇ ਪਤਾ ਕੀ ਗੱਲ ਆ, ਉਹ ਕਦੋਂ ਵੀ ਆ ਗਏ ਨਾ, ਉਹਨਾਂ ਨੇ ਆ ਗਏ ਨਾ ਜੀ, ਉਹਨਾਂ ਦਾ ਪਤਾ ਤਾਂ ਹੈ ਕੋਈ ਨਹੀਂ, ਕਿ ਦਿਨ ਬੇ ਦਿਨ ਆ ਰਹੀਆਂ ਹੁਣ, ਉਹ ਪਰੇ ਮਗਰ ਇੱਟਾਂ ਵੀ ਲੱਥ ਗਈਆਂ, ਕੱਲ੍ਹ ਉੱਧਰ ਵੀ ਲੱਥ ਗਈਆਂ, ਮਤਲਬ ਵਸਤੀ ਜਿਹੜੀ ਨਾ ਬਾਲ ਹੋ ਰਹੀ ਹੈ। ਵੈਸੇ ਮੈਨੂੰ ਵੀ ਇਹ ਚੀਜ਼ ਅੱਛੀ ਲੱਗੀ ਆ, ਤੁਹਾਡੀ ਗੱਲ ਬਹੁਤ ਅੱਛੀ ਲੱਗੀ ਕਿ ਇਹ ਜਗ੍ਹਾ ਨਾ ਜਿਹੜੀ ਸਾਫ਼ ਸੁਥਰੀ ਆ, ਸਾਫ਼ ਜਗ੍ਹਾ ਸੀਗੀ, ਜੋ ਕੋਈ ਮਸਲਾ ਜਦੋਂ ਤੱਕ ਨਹੀਂ ਹੈਗਾ ਨਿਜ਼ਾਮ ਚੱਲਦਾ ਚਲਾਈਓ ਤੁਸੀਂ, ਜੋ ਹੋਏਗਾ ਫਿਰ ਬਾਅਦ, ਚਲੋ ਦੂਸਰਾ ਇਹ ਚੱਕੀ ਇੱਥੋਂ ਰੋੜੇ ਰੂੜੇ ਇੱਕ ਸਾਈਡ 'ਤੇ ਰੋੜੇ ਰੂੜੇ ਚੱਕ ਦਿਉ ਨਾ, ਠੀਕ ਹੈ ਨਾ, ਅਤੇ ਬਾਕੀ ਇੱਥੇ ਲਵਾ ਦਿੰਦੇ, ਅੱਲਾ ਖੈਰ ਕਰੇ, ਠੀਕ ਹੈ ਨਾ। ਉਹ ਸ਼ਹਿਜ਼ਾਦਾ ਚੱਲ ਵੀ ਚੁੱਕੋ ਚੁੱਕੋ ਇਹਨੂੰ ਸਾਈਡ 'ਤੇ ਕਰ ਦਿਉ, ਪਰੇ ਚੁੱਕ ਕੇ ਲਾ ਕੇ ਮਾਰੋ, ਪਰੇ ਪਰੇ ਰੱਖ ਸਕਦੋ, ਸ਼ਾਬਾਸ਼ ਬਾ, ਇੱਥੇ ਰੱਖ ਦੇ, ਇੱਥੇ ਸ਼ਾਬਾਸ਼, ਪਰਨ ਤੁਸੀਂ ਸਟਾ ਦੇ, ਤੂੰ ਵੀ ਆ ਜਾ ਚੋਰੀ, ਨਾਲ ਲਾ ਲਾ ਦੋ ਹੱਥ, ਕੋਈ ਗੱਲ ਨਹੀਂ, ਖੈਰ, ਅੱਲਾ ਖੈਰ ਕਰੇ, ਅੱਲਾ ਖੈਰ ਕਰੇ। ਔਰ ਕਿੱਦਾਂ ਦਾ ਵਾ, ਤੁੰਨ ਕੇ ਲੈ ਕੇ ਆਏ ਵਾ, ਇਹ ਦੇਖੋ ਭਰ ਕੇ, ਹਾਂ ਕੀ ਕੀ ਚੁੱਕਰਾ, ਚੁੱਕਣ ਦਾ ਦਿਆ ਵਾ, ਇਹ ਦੇਖ ਚੁੱਕਰਾ ਪਿਆ ਹੋਵੇ, ਮਾਸ਼ਾਅੱਲਾ, ਨਹੀਂ ਰੇਹ ਸੋਹਣੀ ਆਈ ਹੈ ਨਾ, ਤੈਨੂੰ ਹੁਣ ਕੀ ਪਤਾ ਲੱਗਦਾ, ਮੈਂ ਆਪ ਦੇਖਦਾ, ਰੇਹ ਸੋਹਣੀ ਮਾਸ਼ਾਅੱਲਾ, ਠੀਕ ਹੈ ਨਾ, ਐਵੇਂ ਬੰਦਾ ਕਹੇ ਰੇਹ ਤਾਂ ਨਾ ਜਿਹੜੀ,
ਬਾਕੀ ਵੀ ਆਈ ਪੀ ਭੇਜੀ ਮੋਟੀ ਰੇਤ ਆ, ਠੀਕ ਹੈ ਨਾ, ਉਹਨੂੰ ਕਹਿ ਝਟਕਾ ਦੇਈ ਝਟਕਾ ਦੇਈ ਬਸ ਓਕੇ ਕਰ, ਹੋ ਗਿਆ ਲੱਥ ਗਈ ਸਾਰੀ। ਚਲੋ ਅੱਲਾ ਖੈਰ ਕਰੇ, ਮਾਸ਼ਾਅੱਲਾ ਅਲਹਮਦੁਲਿਲਾ ਰੇਤ ਜਿਹੜੀ ਮਸਜਿਦ ਦੀ ਆ ਗਈ, ਲੇਕਿਨ ਇੱਧਰ ਨਹੀਂ ਲਵਾਈ। ਮੇਰਾ ਜ਼ੇਨ ਸੀਗਾ ਉਹ ਥਲਵਾਣ ਦਾ, ਉਸ ਜਗ੍ਹਾ 'ਤੇ ਉਹ ਬਾਲਣ ਜਿਹਾ ਨਾ ਚੱਕਿਆ ਜਾਂਦਾ ਉਹ ਥਲਵਾਣ ਦਾ, ਲੇਕਿਨ ਭਾਈ ਉਹਨਾਂ ਦੀ ਗੱਲ ਠੀਕ ਆ, ਇੱਧਰ ਜਗ੍ਹਾ ਵੀ ਸਾਫ਼ ਸੁਥਰੀ ਆ, ਇੱਥੋਂ ਹੀ ਚੱਕੀ ਜਾਏਗੀ, ਠੀਕ ਹੈ ਨਾ। ਅਤੇ ਬਾਕੀ ਜਿਹੜੀ ਕੋਈ ਹੋਰ ਚੀਜ਼ ਸਮਾਨ ਜਿਹੜਾ ਉਹ ਇੱਧਰ ਲਵਾ ਲਾਂ, ਕਿਉਂਕਿ ਇੱਥੇ ਮੈਂ ਵਕਫੇ ਵਕਫੇ ਨਾਲ ਨਾ ਟਰਾਲੀਆਂ ਲਵਾਈਆਂ ਹੋਈਆਂ, ਇੱਕ ਟਰਾਲੀ ਉਹ ਲੱਥ ਗਈ, ਉਹ ਲੱਥ ਗਈ, ਇਹ ਟਰਾਲੀ ਲੱਥ ਗਈ, ਉਹ ਟਰਾਲੀ ਲੱਥ ਗਈ, ਇੱਦਾਂ ਵਕਫੇ ਵਕਫੇ ਨਾਲ ਲਵਾਈਆਂ ਵਾ, ਠੀਕ ਹੈ ਨਾ, ਕਿ ਇਸੇ ਤਰ੍ਹਾਂ ਇਹਨਾਂ ਚੁੱਕ ਕੇ ਜਿਹੜੀਆਂ ਨਾ ਮਸਲਨ ਲੱਗ ਜਾਣਗੀਆਂ। ਇਹ ਤਾਂ ਰੋੜਾ ਨਾ, ਇੱਧਰ ਦੋ ਟਰਾਲੀਆਂ ਅਤੇ ਦੋ ਟਰਾਲੀਆਂ ਦਰਿੱਟਾਂ ਦੀਆਂ ਆ ਗਈਆਂ, ਅਤੇ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਖੈਰ ਕਰੇ, ਅਸੀਂ ਇਨਸ਼ਾਅੱਲਾ ਇੱਕ ਤੋਂ ਦੋ ਦਿਨਾਂ ਦੇ ਵਿੱਚ ਇਹ ਕੰਮ ਜਿਹੜਾ ਚਾਲੂ ਕਰਵਾਉਣਾ ਅੱਲਾ ਖੈਰ ਕਰੇ, ਠੀਕ ਹੈ ਨਾ। ਬਾਕੀ ਹੁਣ ਬਾਈ ਉਹਨਾਂ ਨੂੰ ਹਿਸਾਬ ਕਿਤਾਬ ਦਿੰਦੇ ਵਾਂ, ਠੀਕ ਹੈ ਨਾ, ਉਹਨਾਂ ਨਾਲ ਕਰਦੇ ਵਾਂ, ਠੀਕ ਹੈ, ਉਹਨਾਂ ਨੂੰ ਪੈਸੇ ਦੇ ਦਿੱਤੇ ਵਾ, ਠੀਕ ਹੈ ਨਾ। ਔਰ ਇਹਨਾਂ ਨੇ ਨਾ ਰੇਟ ਜਿਹੜਾ ਮੁੱਕਿਆ ਹੋਇਆ ਸੀ 4,000 ਰੁਪਈਆ ਟਰਾਲੀ ਦਾ, ਠੀਕ ਹੈ ਨਾ, ਲੇਕਿਨ ਇਹਨਾਂ ਨੇ ਇੱਥੇ ਆ ਕੇ ਨਾ ਮਸਲਨ ਜਦੋਂ ਲਾਈ ਨਾ ਰੇਤ, ਅਤੇ ਉਹਨਾਂ ਨਾਲ ਕਮੀ ਪੇਸ਼ੀ ਕੀਤੀ ਆ, ਉਹਨਾਂ ਨੇ ਆਖਿਆ ਬਾਈ ਉਹਨਾਂ ਨੇ ਆਪਣੇ ਮੂੰਹੋਂ ਦੱਸ ਦਿਓ ਜੀ ਕਿੰਨੇ ਪੈਸੇ ਛੱਡੇ, 200 ਰੁਪਈਆ ਛੱਡਿਆ, 200 ਰੁਪਈਆ, ਠੀਕ ਹੈ ਨਾ, 4,000 ਦੇ ਵਿੱਚੋਂ 200 ਰੁਪਈਆ ਬਾਈ ਉਹਨਾਂ ਨੇ, ਕਿਉਂਕਿ ਦਿੰਦੇ 4,000 ਦੀ, ਉਹ ਕਹਿੰਦੇ ਅਸੀਂ ਬਾਹਰ ਮਸਲਨ ਨਾ ਰੇਤ ਵੀ ਅੱਛੀ ਆ, ਲੇਕਿਨ ਇਹ ਸਿਰਫ ਅੱਲਾ ਦਾ ਘਰ ਵਾ ਇਸ ਕਰਕੇ। ਅਤੇ ਹਾਂ ਫੜੀ ਯਾਰ ਇਹਦੇ ਕੋਲ ਨਾ ਚਾਏ ਪਵਾ, ਕੱਪਾਂ ਦੇ ਵਿੱਚ ਨਾ ਚਾਏ ਪਵਾਈ ਥਰਮਾਸ ਚ ਨਾ। ਚਲੋ ਮੇਰੀ ਮਿੰਦੇ ਦੇ ਚਲੋ ਅੱਲਾ ਖੈਰ ਕਰੇ, ਹੁਣ ਚਾਏ ਪੀ ਲੈਂਦੇ ਵਾ, ਠੀਕ ਹੈ ਨਾ, ਫਿਰ ਦਿੰਦੇ ਹਾਂ ਸਾਧ ਉਹਨਾਂ ਨੂੰ, ਜ਼ਿਆਦਾ ਤਾਂ ਮੈਂ ਬੈਠਾ ਨਹੀਂ ਟਾਇਰ ਦੇ ਉੱਤੇ ਵਾ ਚੜ ਕੇ। ਚੱਲ ਬਸ ਥਰਮਾਸ ਲੈ ਜਾ ਮੇਰਾ ਪੁੱਤ, ਠੀਕ ਹੈ, ਹਾਂ ਤੋੜ ਨਾ ਲਈ, ਠੀਕ ਹੈ ਸਾਜੀ, ਅੱਲਾ ਖੈਰ ਕਰੇ, ਅੱਲਾ ਹਾਫਿਜ਼, ਠੀਕ ਹੈ ਜੀ, ਚਾਏ ਪਲਾ ਛੜੀ ਔਰ ਅੱਲਾ ਖੈਰ ਕਰੇ, ਮਾਸ਼ਾਅੱਲਾ ਰੇਤ ਮਸਜਿਦ ਦੀ ਲਵਾ ਛੜੀ, ਇੱਥੋਂ ਅੱਗੇ ਦਰਵਾਜ਼ੇ ਦੇ ਅੱਗੇ ਲਵਾਈ। ਹੁਣ ਮੈਂ ਇਹਨਾਂ ਦਾ ਦਰਵਾਜ਼ਾ ਵੀ ਖੜਕਾਨਾ ਨਾਲ ਗੁਆਂਢੀਆਂ ਦਾ, ਇਹਨਾਂ ਨੂੰ ਕਿੰਨਾ ਗਿਆ ਨਾ ਜਿਹੜਾ ਰੱਖਿਆ ਨਾ ਬਾਲਣ ਛਾਂ ਕੇ, ਇਹਨੂੰ ਮੇਰਾ ਵੀਰ ਚੱਕ ਲਓ, ਠੀਕ ਹੈ ਨਾ, ਕਿਉਂਕਿ ਚਲੋ ਹੁਣ ਛਾਂਗਣ ਦੇ ਨਾ ਮੌਸਮ ਦਰਖਤ ਨਾ, ਇਹਨਾਂ ਨੂੰ ਚੱਕ ਲਓ ਤਾ ਕੇ ਨਾ, ਅੱਲਾ ਖੈਰ ਕਰੇ ਹੋਰ ਕੋਈ ਚੀਜ਼ ਆਉਂਦੀ ਨਾ ਉਹ ਫਿਰ ਇੱਥੇ ਲਵਾਵਾਂਗੇ ਸਾਈਡ 'ਤੇ, ਠੀਕ ਹੈ, ਅਤੇ ਇਸ ਤਰੀਕੇ ਨਾਲ, ਠੀਕ ਹੈ। ਬਾਕੀ ਅੱਲਾ ਖੈਰ ਕਰੇ ਮਾਂ ਜੀ ਦੀ ਤਰਫੋਂ, ਬਾਕੀ ਸਾਧ ਹੁਣਾਂ ਨਾਲ ਮੇਰੀ ਫੋਨ 'ਤੇ ਗੱਲ ਹੋਈ ਸੀ, ਦੁਆ ਖੈਰ ਹਰ ਵਾਰੀ ਅਸੀਂ ਜਿਹੜੀ ਸ਼ਾਇਦ ਦੀ ਕਰਦੇ ਵਾਂ, ਠੀਕ ਹੈ ਨਾ, ਇਸ ਦਫ਼ਾ ਸਾਧ ਨਾਲ ਕੀਤੀ ਸੀ ਗੱਲ, ਠੀਕ ਹੈ ਨਾ, ਸਭ ਤੋਂ ਪਹਿਲੇ ਮੈਂ ਕਿਹਾ ਰੇਤ ਦੀ ਟਰਾਲੀ ਆ ਰਹੀ, ਅਤੇ ਉਸਤਾਦ ਉਹਨਾਂ ਦੀ ਨਾਲ ਇੱਥੇ ਮਾਂ ਜੀ ਦਾ ਘਰ ਵਾ, ਉਹਨਾਂ ਦੀ ਮਾਂ ਜੀ ਆ, ਆਪ ਮਾਂ ਮਸਜਿਦ ਉੱਧਰ ਕਰਵਾਉਂਦੇ ਮੈਂ ਦੱਸਿਆ ਵਾ, ਠੀਕ ਹੈ ਨਾ, ਆਪ ਮਾਂ ਵਾ ਉਹਨਾਂ ਦੀ, ਅਤੇ ਆਉਣਗੇ ਸੁਬਹਾ ਸੁਬਹਾ ਨਮਾਜ਼ ਪੜ੍ਹ ਕੇ ਆਪਣੀ ਮਾਂ ਜੀ ਦੇ ਦਰਸ਼ਨ ਕਰਕੇ, ਠੀਕ ਹੈ ਨਾ, ਸਲਾਮ ਲੈ ਕੇ ਫਿਰ ਜਾਂਦੇ ਵਾ, ਠੀਕ ਹੈ ਨਾ। ਅਤੇ ਕਹਿੰਦੇ ਮੇਰੇ ਨਾਲ ਹੁਣ ਗੱਲ ਹੋਈ, ਕਹਿੰਦਾ ਬਾਬੂ ਮੈਂ ਤਾਂ ਹੁਣ ਕਾਫੀ ਸਫ਼ਰ ਕਰ ਗਿਆ, ਮੈਂ ਕਿਹਾ ਸਾਹ ਜੀ ਜਾਓ ਐਤਕੀ ਮੈਂ ਹੀ ਦੁਆ ਖੈਰ ਕਰ ਦਿੰਦਾ ਵਾਂ, ਠੀਕ ਹੈ ਨਾ, ਅਤੇ ਅੱਲਾ ਖੈਰ ਕਰੇ, ਅੱਲਾ ਤਾਲਾ ਮਾਂ ਜੀ ਉਹਨਾਂ ਦਾ ਦਿੱਤਾ ਹੋਇਆ ਆਪਣੀ ਬਾਰਗਾਹ 'ਚ ਕਬੂਲੋ ਮਨਜ਼ੂਰ ਫਰਮਾਵੇ, ਔਰ ਅੱਲਾ ਤਾਲਾ ਜੋ ਵੀ ਇਸ ਘਰ ਦੇ ਵਿੱਚ ਹਿੱਸਾ ਮਿਲਾਉਣਾ ਚਾਹੇ ਅੱਗੇ ਉਹ ਵੀ ਮਿਲਾ ਸਕਦਾ ਵਾ, ਠੀਕ ਹੈ ਨਾ,
ਅਤੇ ਜਿਹੜੇ ਮੇਰੇ ਮਾਂ ਜੀ ਕਰਨ ਦੇ ਹੀ ਵਾ, ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾਹ ਤਾਲਾ ਉਹਨਾਂ ਨੂੰ ਆਪਣੇ ਜ਼ਮਾਨ 'ਚ ਰੱਖੇ, ਔਰ ਅੱਲਾਹ ਤਾਲਾ ਉਹਨਾਂ ਦੀਆਂ ਮੁਸ਼ਕਲਾਂ ਆਸਾਨ ਕਰੇ, ਔਰ ਇਸ ਘਰ ਦੇ ਸਦਕੇ ਅੱਲਾਹ ਤਾਲਾ ਜਿਸ ਤਰ੍ਹਾਂ ਇਹ ਘਰ ਬਣਨ ਲੱਗਾ ਵਾ ਅੱਲਾਹ ਦਾ ਘਰ, ਠੀਕ ਹੈ ਨਾ, ਇਸੇ ਤਰ੍ਹਾਂ ਹੀ ਮੇਰੇ ਮਾਂ ਜੀ ਦੇ ਜੋ ਵੀ ਖਾਨਦਾਨ 'ਚੋਂ ਜੋ ਵੀ ਚਲੇ ਗਏ ਇਸ ਦੁਨੀਆ ਤੋਂ, ਅੱਲਾਹ ਤਾਲਾ ਉਹਨਾਂ ਦਾ ਕਿੱਦਾਂ ਨਵਾਂ ਜੰਨਤ ਦੇ ਵਿੱਚ ਆਲਾ ਤੋਂ ਆਲਾ ਮਕਾਨ, ਆਲਾ ਤੋਂ ਆਲਾ ਘਰ, ਮਸਜਿਦ ਜਿਵੇਂ ਬਣ ਰਹੀ ਆ ਮੇਰੇ ਮਾਂ ਜੀ ਦੀ ਤਰਫੋਂ, ਇਸੇ ਤਰ੍ਹਾਂ ਹੀ ਉਹਨਾਂ ਦਾ ਵੀ ਜੰਨਤ ਦੇ ਵਿੱਚ ਘਰ ਤਿਆਰ ਹੋਵੇ, ਇਹ ਮੇਰੇ ਦਿਲ 'ਚੋਂ ਤਿਆਰ ਦਿਵਾ ਵਾ। ਅੱਲਾ ਖੈਰ ਕਰੇ, ਹੁਣ ਮੈਂ ਇਹਨਾਂ ਗੁਆਂਢੀਆਂ ਨੂੰ ਨਾ, ਇਹ ਕਿਉਂਕਿ ਮੋਲ ਵੀ ਆ ਅਤੇ ਮੈਂ ਤਾਂ ਕੈਮਰਾ ਬੰਦ ਕਰ ਦੇਣਾ ਉਹਨਾਂ ਨੂੰ, ਅਤੇ ਕਹਿੰਦਾ ਵਾ ਕਿ ਤੁਸੀਂ ਬਾਲਣ ਹਟਾਓ ਤਾਂ ਕਿ ਨਾ ਫਿਰ ਮਜ਼ਦੂਰ ਮਿਸਤਰੀ ਆਉਣੇ ਵਾ, ਅਤੇ ਫਿਰ ਨਾ ਇਹ ਵੀ ਅਸੀਂ ਕੰਮ ਸ਼ੁਰੂ ਨਾ ਇਨਸ਼ਾਅੱਲਾ ਇੱਕ ਦੋ ਦਿਨਾਂ 'ਚ ਕਰਵਾਉਣਾ ਵਾ, ਇਹਨਾਂ ਨੂੰ ਪੈਗਾਮ ਦੇ ਕੇ ਫਿਰ ਚੱਲਦਾ ਕਰਨ। ਅਲਹਮਦੁਲਿਲਾ ਉਹਨਾਂ ਨੂੰ ਕਹਿ ਕੇ ਮੈਂ ਆ ਗਿਆ, ਅਤੇ ਮੇਰਾ ਬੱਚਾ ਆ ਗਿਆ, ਬੇਟਾ ਪਿੱਛੇ ਹੋ ਕੇ ਬੈਠ, ਪਿੱਛੇ ਹੋ ਕੇ, ਮੈਂ ਪਿੱਛੇ ਹੋ ਜਾਂਦਾ, ਚੱਲ ਬੈਠਾ ਮੈਂ ਪਿੱਛੇ ਹੋ ਜਾਂਦਾ। ਚੱਲ ਮੇਰਾ ਬੇਟਾ ਆਇਆ ਵਾ ਮੈਨੂੰ ਸਬਕ ਸੁਣਾਉਣ ਵਾਸਤੇ, ਠੀਕ ਹੈ ਨਾ, ਹੁਣ ਇਹਦਾ ਨਾ ਸਬਕ ਸੁਣਦੇ, ਚਲੋ ਥੱਲੇ ਰੱਖੋ ਨਾ ਪਹਿਲੇ, ਹਾਂਜੀ ਚਲੋ ਸੁਣਾਓ। ਅੱਛਾ ਬਾਜ, ਇਹ ਦੇਖ ਇੱਧਰ ਦੇਖ, ਇਹ ਪਤਾ ਕਿੱਦਾਂ ਲਿਖ ਕੇ ਦਿੱਤਾ ਵਾ ਟੀਚਰਾਂ ਨੇ, ਕਿਸ ਤਰੀਕੇ ਵਾ, ਲੈਮਨ 8 9 3 5 4, ਕਿਹਦਾ ਨਾਮ ਆ, 12 ਨੂੰ ਕੀ ਕਹਿੰਦੇ ਵਾ, ਲੈਮਨ 12 12 10, ਹਾਂ ਇਹਨਾਂ ਨੇ ਨਾ ਟੀਚਰਾਂ ਨੇ ਨਾ ਮੇਰੇ ਪੁੱਤ ਨੂੰ ਵਿੱਚੋਂ ਵਿੱਚੋਂ ਹਿੰਸੇ ਲਿਖ ਕੇ ਦਿੱਤੇ ਵਾ, ਹੈਂ ਆ ਨਾਲ ਆ ਵੀ ਬਣਾ ਕੇ ਦਿੱਤੇ ਵਾ, ਇਹ ਵੀ ਭਰਨੇ ਸੀਗੇ, ਐ ਜੀ ਭਾਲੂ ਜਿਹੇ ਬਣਾ ਕੇ ਦਿੱਤੇ, ਠੀਕ ਹੈ ਨਾ, ਅਤੇ ਵਰਕਾ ਪਾੜੀ ਆ ਬੱਤਕ, ਪਤਾ ਨਹੀਂ ਕਿਹੜੀ ਸ਼ਾਇਦ ਵਾ, ਐ ਚੰਦ ਇਹ ਬੱਤਕ, ਅਤੇ ਵਰਕਾ ਪਾੜੀ ਫਿਰਦਾ ਵਾ ਸਿਰਫ ਯਾਦ ਕਰਨ ਵਾਸਤੇ, ਅਤੇ ਉਹਨੂੰ ਨਾ ਯਾਦ ਕਰਦਾ ਫਿਰਦਾ ਵਾ ਕਿਉਂਕਿ ਛੁੱਟੀਆਂ ਨਾ ਸਕੂਲੋਂ ਹੋ ਗਈਆਂ, ਠੀਕ ਹੈ ਨਾ। ਅਲੀ ਰਜ਼ਾ ਕਿੰਨੀਆਂ ਛੁੱਟੀਆਂ ਹੋਈਆਂ ਵਾ, 5 ਛੁੱਟੀਆਂ ਹੋਈਆਂ, ਕਿੰਨਾਂ ਨੂੰ, ਤੈਨੂੰ 4, ਉਹਨਾਂ ਨੂੰ 5, ਤੈਨੂੰ 5, ਇਹਨਾਂ ਨੂੰ 5, ਇਹਨਾਂ ਨੂੰ ਵੀ, ਉਹਨਾਂ ਨੂੰ ਵੀ 5, ਅਤੇ ਇਹਨਾਂ ਨੂੰ ਵੀ 5। ਅੱਛਾ ਜੀ, ਅੱਲਾ ਖੈਰ ਕਰੇ, ਯਕਦਮ ਨਾ ਫਿਰ ਨਾ ਧੁੰਦ ਜੀ, ਹੈ ਨਾ, ਮੌਸਮ ਕਾਫੀ ਜ਼ਿਆਦਾ ਖਰਾਬ ਹੋ ਗਿਆ, ਜਿਵੇਂ ਬੱਦਲ ਬੱਦਲ ਜਿਹਾ ਨਾ ਬਾਰਿਸ਼ ਪਵੇਗੀ, ਠੀਕ ਹੈ ਨਾ, ਕੱਪੜੇ ਫਿਫੜੇ ਬਦਲ ਲਏ, ਚਲੋ ਫਿਰ ਮਾਲ ਵੀ ਬਾਹਰ ਕੱਢ ਲਓ, ਹੈਂ ਕੱਢ ਲਓ ਮੇਰਾ ਪੁੱਤ, ਅਤੇ ਛਾਕਾ ਭਾਈ ਆਇਆ ਵਾ, ਇਹਨੂੰ ਆਖਿਆ ਸ਼ਰੀਂ ਛਾਂਗ ਦੇ, ਠੀਕ ਹੈ ਨਾ, ਸ਼ਰੀਂ ਵਿਹੜੇ ਵਾਲਾ ਨਾ ਅਸੀਂ ਛੰਗਾਉਣ ਲੱਗੇ ਵਾਂ, ਕਿਉਂਕਿ ਬੱਕਰੀਆਂ ਵਾਸਤੇ ਵੀ, ਬੱਕਰੀਆਂ ਵੀ ਭੁੱਖੀਆਂ ਵਾਂ, ਠੀਕ ਹੈ ਨਾ, ਉਹਨਾਂ ਵਾਸਤੇ ਵੀ ਮੈਂ ਵੀ ਜੈਕਟ ਜੁਕਟ ਪਾ ਲਈ ਵਾ, ਠੀਕ ਹੈ ਨਾ, ਅਤੇ ਆਹ ਦੇਖੋ ਤੁਹਾਡਾ ਲਸਣ ਨਾ ਖਰਾਬ ਹੋਵੇ, ਥੱਲੇ ਨਾ ਹੋਈਓ, ਹਲੇ ਥੱਲੇ ਨਾ ਹੋਈਓ, ਅਤੇ ਜੈਕਟ ਜੁਕਟ ਪਾ ਲਈ ਆ ਕਿਉਂਕਿ ਮੌਸਮ ਨਾ ਹੋ ਗਿਆ ਯਕਦਮ ਖਰਾਬ, ਠੀਕ ਹੈ ਨਾ, ਮੈਂ ਕਿਹਾ ਮੌਸਮ ਖਰਾਬ ਆ, ਠੀਕ ਹੈ ਨਾ, ਸਰਦੀ ਜੀ ਲੱਗਣ ਲੱਗ ਗਈ, ਪਹਿਲੇ ਧੁੱਪ ਯਕਦਮ ਨਿਕਲ ਆਈ, ਧੁੱਪ ਨਿਕਲੀ ਫਿਰ ਮੌਸਮ ਖਰਾਬ ਹੋ ਗਿਆ, ਬੱਦਲ ਮੈਨੂੰ ਲੱਗਦਾ ਜਿਵੇਂ ਕਿ ਬਾਰਿਸ਼ ਪਏਗੀ, ਅਤੇ ਸ਼ਰੀਂ ਸ਼ਾਹ ਜੀ ਕਹਿੰਦੇ ਸੀ ਉਦੋਂ ਦੀ, ਕਹਿੰਦੀ ਛੰਗਾ ਦੇ ਸਾਰਾ ਛੰਗਾ ਦੇ, ਮੈਂ ਛਾਕੇ ਬਾਈ ਨੂੰ ਆਖਿਆ, ਮੈਂ ਕਿਹਾ ਸ਼ਰੀਂ ਯਾਰ ਸਾਰਾ ਹਨਾ ਇੱਕ ਵਾਰੀ ਛਾਂਗ ਦੇ, ਤਾਂ ਕਿ ਨਾ ਜਲਦੀ ਹੋ ਜਾਏਗਾ ਨਾ ਆਉਂਦੀ ਆ ਗਰਮੀਆਂ ਨੂੰ ਮੁੜ ਕੇ, ਫਿਰ ਅੱਲਾਹ ਖੈਰ ਕਰੇ, ਇਹ ਵਾ ਕਿ ਕੀ ਉਹਦਾ ਨਾਮ, ਨਾਲੇ ਤਾਂ ਬੱਕਰੀਆਂ ਖਾ ਲੈਣਗੀਆਂ, ਠੀਕ ਹੈ ਨਾ, ਨਾਲੇ ਆਉਂਦੀ ਗਰਮੀਆਂ ਤੱਕ ਜਲਦੀ ਹੋ ਜਾਏਗਾ, ਫਿਰ ਛਾਂ ਛੂਹ ਦੀ ਵੀ, ਵੈਸੇ ਮਾਸ਼ਾਅੱਲਾ ਬੈਸਟ ਆ, ਠੀਕ ਹੈ ਨਾ, ਲੇਕਿਨ ਵਿਰਲਾ ਵਾ, ਜਿਵੇਂ ਇਹਨੂੰ ਛਾਂਗੋ ਨਾ ਉਵੇਂ ਹੀ ਇਹ ਜ਼ਿਆਦਾ ਨਾ ਭਰਵਾਂ ਹੁੰਦਾ ਵਾ, ਠੀਕ ਹੈ ਨਾ, ਅਤੇ ਕਹਿੰਦੀ ਸੀ ਛੰਗਾ ਦੇ, ਮੈਂ ਕਿਹਾ ਚੱਲ ਛੰਗਾ ਦਿੰਦਾ ਵਾ, ਮਿੰਟ ਵੀ ਨਹੀਂ ਲੱਗਾ, ਹੈਂ ਹਾਂ ਹਾਂਜੀ, ਹੈਂ ਦੁਰਮਟ ਕਿਹੜੀ ਸ਼ਾਇਦ,
ਦੁਰਮਟ ਨਹੀਂ ਹੁੰਦਾ। ਅੱਛਾ ਉਹ ਕੁੱਟਣ ਵਾਲਾ, ਅੱਛਾ ਅਲੀ ਰਜ਼ਾ ਪੁੱਤ ਦੁਰਮਟ ਚੁੱਕੇ ਦੇ ਇਹਨਾਂ ਨੂੰ ਕਿੱਥੇ ਵਾ, ਹਾਂ ਦੁਰਮਟ ਚੁੱਕੇ ਦੇ, ਚੱਲ ਮੈਂ ਪੁੱਤ ਰਹਿਣ ਦੇ ਇਹਨਾਂ ਨੂੰ ਪੱਤੇ, ਇੱਕ ਮਿੰਟ ਛੱਡ ਦੇ, ਇਹਨਾਂ ਨੂੰ ਦੁਰਮਟ ਕੱਢ ਕੇ ਦੇ ਕਿੱਥੇ ਵਾ, ਇੱਥੇ ਲੱਗੀ ਹੋਈ ਸੀਗੀ, ਠੀਕ ਹੈ ਨਾ, ਅਤੇ ਵਜ਼ਨੀ ਸੀਗਾ, ਠੀਕ ਹੈ ਨਾ, ਨੀਆਂ ਨੂਹਾਂ ਕੱਟਣ ਵਾਸਤੇ। ਟੋਟਲ ਮੈਂ 300 ਰੁਪਏ ਦਾ ਲਿਆ ਸੀ ਉਸ ਟਾਈਮ, 300 ਰੁਪਈਏ ਦਾ, ਠੀਕ ਹੈ ਨਾ, ਲੇਕਿਨ ਬਸ ਅੱਲਾ ਖੈਰ ਕਰੇ, ਉਹ ਪਤਾ ਨਹੀਂ ਕਿਸੇ ਨੇ ਗਰਾਰੀ ਲਾ ਲਈ, ਲੈ ਕੇ ਵੀ ਗਏ ਤਾਂ ਗਰਾਰੀ ਲਾ ਲਈ, ਠੀਕ ਹੈ ਨਾ। ਹੁਣ ਇਸੇ ਤਰ੍ਹਾਂ ਹੀ ਨਾ, ਹੁਣ ਇਹ ਵਾ ਕੇ ਕੁਛ ਲਾ ਨਹੀਂ ਸਕਦਾ, ਮੈਂ ਵੀ ਗਰਾਰੀ ਮੁੜ ਕੇ ਪਵਾਈ ਨਹੀਂ, ਇੱਦਾਂ ਹੀ ਕੁੱਟ ਕੁੱਟ ਲੈਂਦੇ, ਇਹ ਵਾ ਕੇ ਹੌਲਾ ਵਾ, ਸਾਰੇ ਨਿਆਣੇ ਨਿਊਣੇ ਸਾਰੇ ਨਾ ਇਹ ਵਾ ਕੇ ਚਲਾ ਲੈਂਦੇ ਵਾ। ਅਤੇ ਮਾਸ਼ਾਅੱਲਾ ਸ਼ਰੀਰ ਲੱਥੀ ਜਾ ਰਿਹਾ, ਦੇਖੋ ਕਿੰਨਾ ਢੇਰ ਲੱਗ ਗਿਆ ਵਾ, ਠੀਕ ਹੈ ਨਾ, ਅਤੇ ਬਾਲਣ ਵੀ ਘਰ ਦਾ ਬਣ ਜਾਏਗਾ ਸਮਝੋ, ਠੀਕ ਹੈ। ਕਿਹੜੇ ਨਹੀਂ, ਉਹ ਡਾਣੇ ਆਪੇ ਛੱਡੀ ਜਾਏਗਾ, ਉਹਨੂੰ ਬਹੁਤ ਪਤਾ ਵਾ, ਠੀਕ ਹੈ। ਅਤੇ ਆਪਣਾ ਛਾਂਗਣਾ ਸ਼ੁਰੂ ਕੀਤਾ ਹੋਇਆ ਵਾ, ਅਤੇ ਇੱਧਰ ਰਹਿ ਵੀ ਥੋੜ੍ਹਾ ਜਿਹਾ ਗਿਆ, ਵਿੱਚ ਸੁੱਟ ਦੇ, ਵਿੱਚ ਸੁੱਟ ਦੇ, ਵਿੱਚ ਸੁੱਟ ਦੇ, ਸੁੱਟ ਦੇ, ਸੁੱਟ ਦੇ, ਸੁੱਟ ਦੇ, ਆ ਗਿਆ ਬਈ, ਆ ਗਿਆ ਤੁਹਾਡੇ ਵਾਸਤੇ ਸ਼੍ਰੀ, ਆ ਗਿਆ, ਬਸ ਇੱਥੇ ਇੱਥੇ ਰੱਖ ਦੇ, ਇੱਥੇ ਰੱਖ ਦੇ, ਚਲੋ ਸ਼ਾਬਾਸ਼ ਸ਼ਾਬਾਸ਼, ਇੱਥੇ ਰੱਖ ਦੇ, ਇੱਕ ਟਾਣਾ ਪਾ ਦਿੱਤਾ ਨਾ ਹੁਣ, ਠੀਕ ਹੈ ਨਾ, ਹੁਣ ਥੋੜ੍ਹੀ ਦੇਰ ਤੱਕ ਫਿਰ ਇੱਦਾਂ ਟਾਣਾ ਟਾਣਾ ਪਾ ਕੇ ਨਾ ਇਹਨੂੰ, ਠੀਕ ਹੈ ਨਾ, ਤੁਹਾਡੇ ਦੋ ਤਿੰਨ ਦਿਨ ਹੁਣ ਨਿਕਲ ਜਾਣੇ ਸਮਝ ਲਾ, ਠੀਕ ਹੈ ਨਾ, ਜਿੰਨਾ ਤੁਹਾਡੇ ਕੋਲ ਉਹਨਾਂ ਸ਼ਰੀਰ ਛਾਂਗ ਦਿਓ, ਸਾਰੇ ਚੰਗਾ ਤਾ ਮੈਂ ਇਸੇ ਕਰਕੇ। ਬਾਹਰ ਆ ਗਿਆ ਵਾ ਸਬਜ਼ੀ ਵਾਲਾ, ਅਤੇ ਗੁਲਾਮ ਅਹਿਮਦ ਸਬਜ਼ੀ ਮੰਮਾ ਨੂੰ ਕਹਿ ਜਿਹੜੀ ਸ਼ਾਇਦ ਲੈਣੀ ਲੈ ਲਾ, ਕਹਿ ਦਿੱਤਾ ਵਾ, ਇਹਦਾ ਇੱਕ ਮਿੰਟ ਵੀ ਆਇਆ ਸੀਗਾ ਸੱਚ ਰਾਤ ਸੋਭਤ ਵਾਲੀ, ਇੱਧਰ ਆ ਜਰਾ, ਇੱਧਰ ਆ, ਇੱਧਰ ਆ, ਇੱਧਰ ਆ, ਮੈਨੂੰ ਬਹਿਣਾ ਪੈ ਗਿਆ, ਇੱਕ ਮਿੰਟ ਆਇਆ ਸੀ, ਹੈ ਨਾ, ਇੱਕ ਬੁੱਬੋ ਨੇ ਕਿਹਾ ਕਹਿੰਦੇ ਵਾਕਈ ਬਹੁਤ ਵੱਡੀ ਫਿਲਮ ਆ, ਹੈ ਨਾ। ਅੱਛਾ ਮੁੜ ਕੇ ਫਿਰ ਤੁਹਾਨੂੰ ਮੈਂ ਦੱਸਦਾ ਵਾਂ ਅਗਲੀ ਗੱਲ ਵੀ, ਠੀਕ ਹੈ ਨਾ, ਇਹਨੇ ਫਿਲਮਬਾਜ਼ੀ ਹੋਰ ਵੀ ਸਾਡੇ ਨਾਲ ਬਹੁਤ ਵੱਡੀ ਕੀਤੀ। ਰਾਤੀ ਘਰ ਆਇਆ ਵਾ, ਘਰ ਆ ਕੇ ਨਾ ਉੱਠ ਕੇ ਖਲੋ, ਨਾ ਉੱਠ ਕੇ ਖਲੋ, ਉੱਠ ਕੇ ਖਲੋ, ਘਰ ਆਇਆ ਵਾ, ਘਰ ਆ ਕੇ ਰੋਣ ਲੱਗ ਗਿਆ, ਠੀਕ ਹੈ ਨਾ, ਕਹਿੰਦਾ ਮੈਨੂੰ ਤਾਂ ਮੇਰੇ ਪੂਰੇ ਪੈਸੇ ਦਿਉ, ਅਤੇ ਫਿਰ ਸਾਨੂੰ ਸੋਭਤ ਖਵਾ ਕੇ ਸਾਰਾ ਕੁਛ ਕਰਕੇ ਪੈਸੇ ਪੂਰੇ ਲੈ ਲਏ ਨਾ। ਅੱਛਾ ਉਹ 100 ਰੁਪਈਆ ਸੀਗਾ, ਬੜੀ ਵੱਡੀ ਫਿਲਮ, ਵਾਕਈ ਬਹੁਤ ਵੱਡੀ ਫਿਲਮ ਆ ਜੀ। ਰਾਤੀ ਇਹਨੇ ਆ ਕੇ ਨਾ ਸੋਭਤ ਸੁਭਤ ਖਵਾ ਕੇ ਸਾਰਾ ਕੁਛ ਕਰਕੇ ਮੁੜ ਕੇ ਆ ਕੇ ਇਹਨੇ ਆਪਣੇ ਪੈਸੇ ਪੂਰੇ ਲੈ ਲਏ, ਮੁੜ ਕੇ ਰੋਣ ਲੱਗ ਗਿਆ, ਕਹਿੰਦਾ ਮੇਰੇ ਤਾਂ ਪੈਸੇ ਪੂਰੇ ਦਿਉ। ਅੱਛਾ ਜੀ ਬੱਦਲ ਹੋਇਆ, ਅੱਲਾ ਖੈਰ ਕਰੇ, ਫਿਰ ਇਹਨਾਂ ਬੱਦਲ ਇਹਨਾਂ ਚਲਾ ਗਿਆ, ਠੀਕ ਹੈ ਨਾ, ਬੱਦਲ ਸਾਰਾ ਫਿਰ ਚਲਾ ਗਿਆ, ਅਤੇ ਹੁਣ ਫਿਰ ਮੈਨੂੰ ਜਰਸੀ ਲਾਉਣੀ ਪੈ ਗਈ। ਲੈ ਪੁੱਤ ਅਲੀ ਰਜ਼ਾ ਕਿੱਥੇ ਹੈਗੇ, ਸਮੀ ਲਾ ਇੱਧਰ ਆਓ, ਸਮੀ ਲਾ ਇੱਧਰ ਆਓ, ਮੇਰਾ ਪੁੱਤ ਇਹ ਫੜ ਜਰਸੀ, ਅਤੇ ਉੱਥੇ ਰੱਖ ਅੰਦਰ, ਇਹ ਪਰ ਭਾਈ ਨੂੰ ਫੜਾ ਦੇ, ਚੱਲ ਅੰਦਰ ਰੱਖ ਦੇ ਜਰਸੀ, ਠੀਕ ਹੈ, ਅਤੇ ਚਲੋ ਅੱਲਾ ਖੈਰ ਕਰੇ, ਠੀਕ ਹੈ ਨਾ। ਹੁਣ ਨਾ ਸ਼ਰੀਰ ਤਾਂ ਸਾਰਾ ਗਿਆ ਵਾ, ਛੰਗ ਗਿਆ, ਦੇਖੋ ਇਹ ਸਿਰਫ ਬੋਦੀਆਂ ਛੱਡੀਆਂ ਵਾ, ਬਾਕੀ ਸਾਰਾ ਲਿਆ ਵਾ ਛਾਂਗ, ਠੀਕ ਹੈ ਨਾ। ਹੁਣ ਬਹਿ ਗਏ ਵਾ ਮੇਰਾ ਪੁੱਤ ਵੀ ਅਤੇ ਮੇਰੀ ਬੇਗਮ ਸਾਹਿਬਾ ਵੀ, ਦੋਨੋਂ ਜਣੇ ਬਹਿ ਗਏ ਵਾ, ਅਤੇ ਮੈਨੂੰ ਦਵਾਈ ਵੀ ਦੇ ਦਿਓ, ਦਵਾਈ ਦੇ ਦਿਓ, ਅਤੇ ਸਾਰੇ ਬਹਿ ਗਏ ਵਾ, ਸਾਰੇ ਅੱਲਾ ਖੈਰ ਕਰੇ, ਕਰਨ ਦੇ ਵਾ, ਕੀ ਉਹਦਾ ਨਾਂ ਵਾ, ਸ਼ਰੀਰ ਨੂੰ ਨਾ ਛੋਟਾ ਛੋਟਾ ਟੁੱਕ ਕੇ ਨਾ ਇੱਦਾਂ ਨਿੱਕਾ ਨਿੱਕਾ ਇੱਦਾਂ ਕੱਢਣ ਦੇ ਵਾ, ਠੀਕ ਹੈ ਨਾ, ਬਾਲਣ ਬਾਲਣ ਕੱਢੀ ਜਾਣ ਦੇ ਵਾ, ਬਾਕੀ ਜਿਹੜਾ ਬੱਕਰੀਆਂ ਦੇ ਖਾਣ ਵਾਲਾ ਉਹ ਕੱਢ ਕੇ ਨਾ ਇੱਦਾਂ ਰੱਖੀ ਜਾਣ ਦੇ ਵਾ, ਠੀਕ ਹੈ ਨਾ, ਅਤੇ ਕਿਉਂਕਿ ਇਧਰਲੀ ਸਾਈਡ ਨਾ ਜਿਹੜੀ ਸਾਰੀ ਇਹਨਾਂ ਨੇ ਇਸ ਤਰ੍ਹਾਂ ਨਾ ਸਾਫ਼ ਕਰਨੀ ਵਾ, ਠੀਕ ਹੈ ਨਾ, ਅਤੇ ਉਰਲੇ ਆ ਕੇ ਮੈਂ ਇਹਨਾਂ ਨੂੰ ਦੱਸਿਆ ਕਿ ਇੱਥੇ ਨਾ ਢੇਰ ਲਾ ਲਓ, ਠੀਕ ਹੈ ਨਾ, ਨੁੱਕਰ ਦੇ ਵਿੱਚ ਬੱਕਰੀਆਂ ਖਾਂਦੀ ਜਾਣਗੀਆਂ, ਇੱਕ ਥੱਲੇ ਸੁੱਟ ਦਿੱਤੀ, ਫਿਰ ਥੱਲੇ ਕਾਹਤੋਂ ਸੁੱਟਦੇ ਹਾਂ, ਹੈ ਛੋਣਿਓ ਛੋਣੇ, ਥੱਲੇ ਨਾ ਛੁੱਟੋ, ਇਹ ਇੱਥੇ ਰੱਖ ਕੇ ਖਾਓ, ਇੱਥੇ ਇੱਦਾਂ, ਸ਼ਾਬਾਸ਼, ਦੇਖੋ ਤੁਹਾਡੀਆਂ ਅੱਜ ਮੌਜਾਂ ਲਵਾ ਦਿੱਤੀਆਂ, ਸਾਰਾ ਸ਼ਰੀਰ ਤੁਹਾਡੀ ਖਾਤਰ, ਅਸੀਂ ਅੱਜ ਆਪਣੀ ਜੇ ਲੋਕ ਸਰਦੀਆਂ ਦੇ ਵਿੱਚ ਛਾਂਗ ਵਾ ਲਈ ਆ ਇਹਨਾਂ ਦੀ ਖਾਤਰ, ਇਹ ਇਹਨਾਂ ਕੋਲ ਆਏ ਆਪਣਾ ਕਰ ਲੈਂਦੇ ਵਾ, ਮੁੜ ਕੇ ਇਹਨਾਂ ਨੇ ਹਲੇ ਵਿਹੜਾ ਵੂੜਾ ਵੀ ਸਾਫ਼ ਕਰਨਾ, ਹੁਣ ਖਿਲਾਰਾ ਤਾਂ ਇੱਕ ਵਾਰੀ ਮੈਂ ਤਾਂ ਖਿਲਾਰ ਦਿੱਤਾ, ਠੀਕ ਹੈ ਨਾ, ਅਤੇ ਬੇਗਮ ਸਾਹਿਬਾ ਦੀ ਜਾਨ ਨਾ ਜਾਨ ਗਾਬ ਨੂੰ ਪੈ ਗਈ, ਹੁਣ ਮੈਂ ਦਿਖਾ ਨਹੀਂ ਸਕਦਾ, ਠੀਕ ਹੈ ਨਾ, ਐਂ ਮੱਥੇ ਨੂੰ ਹੱਥ ਰੱਖ ਕੇ ਬੈਠੀ, ਕੀ ਹੋਇਆ ਵਾ ਮੱਥੇ ਨੂੰ ਹੱਥ ਰੱਖਿਆ, ਹੈ ਕੁਛ ਤਾਂ ਹੋਇਆ,
ਝਾੜੂ ਦਿੰਦਾ ਸੀ, ਤੂੰ ਕਹਿੰਦੀ ਸੀ ਪੱਤੇ ਹੁਣ ਤਾਂ ਮੈਂ ਹੁੰਜੇ ਹੁਣ ਤਾਂ ਹੁੰਜੇ, ਮੈਂ ਇਸੇ ਲਈ ਲਵਾ ਹੀ ਦਿੱਤੇ। ਮੈਂ ਕਿਹਾ ਹੁਣ ਕਹੇਗੀ ਨੀ ਕਿ ਪੱਤੇ ਉੱਤੋਂ ਗਿਰਦੇ, ਹੁਣ ਝਾੜੂ ਦੇਗੀ ਪਤਾ ਲੱਗੇਗਾ ਝਾੜੂ ਵੱਜਾ ਹੋਇਆ ਵਾ। ਬੱਕਰੀਆਂ ਵਾਸਤੇ ਲਵਾਉਣੇ ਸੀ, ਮੈਂ ਕਿਹਾ ਥੋੜ੍ਹਾ ਥੋੜ੍ਹਾ ਕਰਕੇ ਵੀ ਲਵਾਉਣਾ, ਇੱਕ ਵਾਰੀ ਮੈਂ ਲਵਾ ਦਿੱਤਾ, ਮੈਂ ਕਿਹਾ ਸਾਈਡ 'ਤੇ ਰੱਖ ਲਈਏ, ਸਹੀ ਨਹੀਂ ਕੀਤਾ। ਠੀਕ ਹੈ ਚਲੋ ਅੱਲਾ ਖੈਰ ਕਰੇ, ਠੀਕ ਹੈ ਨਾ। ਇਹ ਸਾਰਾ ਹੁਣ ਨਾ ਆਪਣਾ ਨਾ ਇਹ ਚੱਕ ਲੈਂਦੇ ਹੁਣ, ਠੀਕ ਹੈ। ਉਹ ਵੀ ਹਲੇ ਪਿਆ ਹੋਇਆ ਪਰ ਇੱਕ ਦੀਵਾਰ ਵਾਲੀ ਸਾਈਡ 'ਤੇ ਵੀ, ਠੀਕ ਹੈ ਨਾ, ਸਾਰਾ ਚੱਕ ਲੈਂਦੇ ਹਲੇ ਤਾਂ। ਆਹ ਇੰਨਾ ਕੀ ਕੱਢਣ ਦੇ ਵਾ, ਹਲੇ ਵਾ ਵਾ ਟਾਈਮ ਇਹਨਾਂ ਨੂੰ ਲੱਗ ਜਾਣਾ। ਚਲੋ ਜੀ ਸ਼ੁਰੂ ਹੋ ਜਾਓ ਅੱਲਾ ਦਾ ਨਾਮ ਲੈ ਕੇ, ਠੀਕ ਹੈ। 1 2 3 1 2 3 ਅੱਜ ਮੁਰਗੀ ਨੇ ਜਿਹੜਾ ਆਂਡਾ ਦਿੱਤਾ ਉਹ ਮੈਂ ਖਵਾਊਂਗਾ ਅਲੀ ਰਜ਼ਾ ਨੂੰ, ਕਿਉਂਕਿ ਅਲੀ ਰਜ਼ਾ ਕਰਦਾ ਪਿਆ ਮਿਹਨਤ, ਠੀਕ ਹੈ ਨਾ, ਮਿਹਨਤ ਕਰਦਾ ਪਿਆ ਵਾ। ਇਹ ਆਪਣਾ ਇੱਧਰਲੀ ਸਾਈਡ 'ਤੇ ਕੱਢਣ ਦਿਆ, ਆਹ ਮਿਹਨਤ ਕਰਨ ਦਿਆ। ਅਲੀ ਰਜ਼ਾ ਨੂੰ ਖਵਾਵਾਂਗੇ ਅੱਜ ਆਂਡਾ ਦੇਸੀ ਮੁਰਗੀ ਦਾ, ਠੀਕ ਹੈ ਅਲੀ ਰਜ਼ਾ, ਠੀਕ ਹੈ। ਚੱਲ ਠੀਕ ਆ, ਇਹਦੀ ਮੇਰੀ ਮੁੱਕ ਗਈ ਆਂਡੇ ਦੀ, ਅੱਜ ਇਹਨੂੰ ਆਂਡਾ ਖਵਾਉਣਾ ਵਾ ਦੇਸੀ। ਸਾਰੇ ਘਰ ਦੇ ਵਿੱਚੋਂ ਨਾ ਮਸਲਨ ਸਾਰੀ ਅਲੀ ਰਜ਼ਾ ਨੇ ਨਾ ਟੁੱਕ ਟੁੱਕ ਕੇ ਇੱਕ ਸਾਈਡ 'ਤੇ ਲਾ ਦਿੱਤੇ ਵਾ, ਠੀਕ ਹੈ ਨਾ। ਅਤੇ ਸਰੀਰ ਵੀਅਰ ਦੁਬਾਰਾ ਜਿਹੜਾ ਗੰਜਾ ਜਿਹਾ ਲੱਗਦਾ ਹੋਰ ਤਰੀਕੇ ਦਾ ਨਾ ਮਸਲਨ ਘਰ ਮਹਿਸੂਸ ਹੋਣ ਲੱਗ ਗਿਆ। ਇਹ ਲਿਆ ਕੇ ਨਾ ਥੱਬੇ ਭਰ ਭਰ ਕੇ ਨੇ ਇੱਕ ਸਾਈਡ 'ਤੇ ਸ਼ਾਜ਼ੀਆਂ ਨੇ, ਬੱਚਿਆਂ ਨੇ ਸਾਰਿਆਂ ਨੇ, ਫਿਰ ਨਾ ਕੁਛ ਅਲੀ ਰਜ਼ਾ ਨੇ ਟੁੱਕਿਆ, ਕੁਛ ਮੈਂ ਟੁੱਕਣ ਬਹਿ ਗਿਆ ਸੀ, ਮੇਰੇ ਹੱਥ ਲਿਬੜੇ ਉਸੇ ਤਰ੍ਹਾਂ, ਠੀਕ ਹੈ ਨਾ। ਅਤੇ ਉਹ ਕੁਛ ਮੈਂ ਟੁੱਕਣ ਬਹਿ ਗਿਆ ਸੀ ਇਸ ਕਰਕੇ ਕਿ ਮੈਂ ਕਿਹਾ ਚੱਲ ਮੇਰਾ ਪੁੱਤ ਸਾਹ ਲੈ ਲਵੇ। ਹੁਣ ਨਾ ਅਲੀ ਰਜ਼ਾ ਨਾ ਸਾਈਡ 'ਤੇ ਵਿਛਾ ਦਿਆ, ਸਾਈਡ 'ਤੇ ਵੀ ਅਲੀ ਰਜ਼ਾ ਦੇਖ ਕਿੱਥੇ ਬੈਠਾ, ਇਹ ਮੇਰਾ ਬਾਂਦਰ ਕਿੱਥੇ ਬੈਠਾ। ਇਹਦੇ ਨੁੱਕਰ ਦੇ ਉੱਤੇ ਨਾ ਇੱਥੇ ਨਾ ਜਿਹੜਾ ਬਾਲਣ ਨਾ ਨਿਕਲਿਆ ਨਾ ਵਿੱਚੋਂ, ਉਹ ਬਾਲਣ ਨਾ ਕਰਨ ਦਿਆ ਵਾ, ਮਸਲਨ ਜੋੜਨ ਦਿਆ ਵਾ, ਠੀਕ ਹੈ ਨਾ। ਅੱਲਾ ਖੈਰ ਕਰੇ, ਮੈਂ ਕਿਹਾ ਉੱਤੇ ਨਾ ਇੱਥੇ ਰੱਖ ਕੇ ਨਾ ਬਾਲਣ ਉੱਤੇ ਰੱਖ ਕੇ ਇਹ ਜੋੜ ਦੇ, ਠੀਕ ਹੈ ਨਾ। ਕੁਰਸੀ ਲਾਹ ਲੈਣੀ ਸੀ ਮੈਂ ਤੈਨੂੰ ਕਿਹਾ ਸੀ, ਬੈਂਚ ਮੈਂ ਤਾਂ ਆ ਗਿਆ ਸੀ, ਮੈਂ ਕਿਹਾ ਠੀਕ ਕਰਾ ਲਈਏ ਪੁੱਤ। ਚੱਲ ਅੱਛਾ ਹੁਣ ਪਈ ਰਹਿੰਦੇ ਬਸ, ਠੀਕ ਆ। ਅਤੇ ਉਹ ਸਰੀਰ ਦੇ ਥੱਲੇ ਡੰਡਾ ਨਹੀਂ ਪਿਆ ਹੈਗਾ ਇੱਕ, ਉਹ ਥੱਲੇ ਵਾਲਾ ਉਹ ਵੀ ਕੱਢ ਕੇ ਨਾ ਉਹ ਨਿੰਮ ਦਾ ਵੀ, ਠੀਕ ਹੈ ਨਾ, ਉਹ ਵੀ ਉੱਤੇ ਰੱਖ ਦਿਓ, ਠੀਕ ਹੈ ਨਾ। ਸ਼ਾਦੇ ਜਿਹੜਾ ਨਾ ਸਾਰਾ ਉੱਤੇ ਰੱਖ ਕੇ ਜੋੜ ਲਵੇ, ਠੀਕ ਹੈ ਨਾ, ਫਿਰ ਇਹਨੂੰ ਹੈਂ ਬਾਹਰ ਵੱਢਣਾ ਵਾ। ਅੱਛਾ ਸਾਹਮਣੇ ਸੱਚ ਟੱਕ ਲੱਗਾ, ਉਹ ਸਾਹਮਣੇ ਜਿਹੜਾ ਨਾ ਮੈਂ ਨਜ਼ਰ ਅਕਸਰ ਕੈਮਰਾ ਮਾਰਦਾ ਵਾਂ, ਠੀਕ ਹੈ ਨਾ, ਕਿ ਵਿਊ ਚੈੱਕ ਕਰੋ, ਉੱਥੇ ਬਾਜਰਾ ਵਾ ਅਤੇ ਉਹ ਬਾਜਰਾ ਕਹਿੰਦਾ ਵੱਢਣਾ ਵਾ, ਠੀਕ ਹੈ ਨਾ। ਅਤੇ ਵੈਸੇ ਪੁੱਤ ਆਪਾਂ ਕੀ ਕਰਨਾ ਵਾ, ਬੱਕਰੀ ਨੇ ਖਾ ਲੈਣਾ। ਚਲੋ ਅੱਛਾ ਅੱਲਾ ਖੈਰ, ਕਿਉਂਕਿ ਅੱਗੇ ਜੀ ਅੱਗੇ ਜਿਵੇਂ ਧੁੰਦਾਂ ਪਈ ਜਾ ਰਹੀਆਂ ਨਾ, ਹੁਣ ਦੇਖੋ ਜਿਸ ਤਰ੍ਹਾਂ ਫਿਰ ਦੁਬਾਰਾ ਮੌਸਮ ਖਰਾਬ ਹੋ ਗਿਆ, ਇਸੇ ਤਰ੍ਹਾਂ ਹੀ ਨਾ ਅੱਗੇ ਅੱਗੇ ਨਾ ਮੌਸਮ ਜਿਵੇਂ ਜਿਵੇਂ ਖਰਾਬ ਹੋਣੇ ਨਾ ਫਿਰ ਪੱਠਿਆਂ ਦੀ ਨਾ ਤੰਗੀ ਹੋਣੀ। ਉਹਦੇ ਵਿੱਚ ਇਹ ਹੁੰਦਾ ਕਿ ਬਾਜਰਾ ਘਰ ਦਾ ਹੋਵੇ ਨਾ ਉਤਰ ਕੇ ਬੰਦਾ ਉਰੇ ਪਰੇ ਇਸ ਤਰ੍ਹਾਂ ਨਾ ਕਰ ਲੈਂਦਾ ਵਾ, ਠੀਕ ਹੈ ਨਾ। ਹਾਂ ਇਹ ਵੀ ਟਾਣ ਉੱਤੇ ਦੇ ਦੇ, ਉੱਤੇ ਦੇ ਦੇ, ਉੱਤੇ ਰੱਖ ਦਿੰਦਾ ਵਾ, ਇਹੀ ਮੈਂ ਕਹਿ ਰਿਹਾ ਸੀ, ਇਹ ਚੱਕੇ ਨਾ ਉੱਤੇ ਦੇ ਦੇ ਧਿਆਨ ਨਾਲ, ਉੱਤੇ ਮੇਰਾ ਪੁੱਤ ਖੜਾ ਵਾ, ਅਦਲਾ ਥੱਲੋਂ ਤੇਰੀ ਮਾਂ ਨਾ ਐਂ ਹੁੱਜਾ ਮਾਰਨ ਦਈ ਆ ਕਰਕੇ, ਅਜੇ ਫੱਟੇ 'ਤੇ ਵੱਜੀ ਹੈ ਨਾ, ਹੋ ਜੀ ਵੀ ਫੱਟੇ 'ਤੇ ਵੱਜੀ, ਮੈਂ ਤਾਂ ਕਰਕੇ ਕਿਹਾ। ਚਲੋ ਜੀ ਇਹ ਦਿਓ ਇਹਨੂੰ, ਅੱਲਾ ਖੈਰ ਕਰੇ, ਲੈ ਮੇਰਾ ਪੁੱਤ ਇਹ ਵੀ ਇੱਥੇ ਉੱਤੇ ਰੱਖ ਦੇ, ਠੀਕ ਆ। ਚਲੋ ਸ਼ਾਬਾਸ਼, ਬਹੁਤ ਉੱਤੋਂ ਦੀ ਉਤਰਿਆ, ਨਹੀਂ ਨਹੀਂ ਇਹ ਟਪੂਸੀ ਨਹੀਂ ਮਾਰਨੀ, ਕਮਲਾ ਵਾ ਟਪੂਸੀ ਮਾਰਨੀ, ਚੱਲ ਉੱਤੋਂ ਦੀ ਆ ਕਮਲਾ ਜਿਹਾ, ਕਹਿੰਦਾ ਟਪੂਸੀ ਮਾਰਨੀ, ਇਹਦਾ ਕੰਮ ਦੇਖ ਲਾ, ਇਹ ਟਪੂਸੀ ਆ ਬਾਂਦਰ ਪੂਰਾ ਹੀ ਬਣੂਗਾ, ਠੀਕ ਹੈ ਨਾ। ਇਹਨੇ ਨਾ ਉੱਤੋਂ ਦੀ ਆ ਚੱਲ ਉੱਥੋਂ ਦੀ ਨਾ, ਹਾਂ ਇੱਦਾਂ ਸ਼ਾਬਾਸ਼, ਇੱਦਾਂ ਇੱਥੇ ਇੱਟਾਂ ਪਈਆਂ ਵਾ, ਇੱਟਾਂ ਦੇ ਉੱਤੋਂ ਲੱਥ ਕੇ ਪੂਰੇ ਨੂੰ ਸ਼ਹਿਜ਼ਾਦਾ, ਆਰਾਮ ਨਾਲ ਮੇਰਾ ਪੁੱਤ, ਸ਼ਾਬਾਸ਼। ਇੱਥੋਂ ਇਹਨਾਂ ਨਾ ਇੱਦਾਂ ਟਪੂਸੀ ਇੱਥੇ ਮਾਰਨੀ ਸੀ ਆ ਬਾਲਣ ਦੇ ਉੱਤੇ, ਠੀਕ ਹੈ ਨਾ, ਕੋਈ ਛਿਲਤ ਲਾਜਿਕ ਜਾਂਦੀ ਇਸ ਤਰ੍ਹਾਂ, ਠੀਕ ਹੈ ਨਾ। ਚਲੋ ਅੱਛਾ ਅੱਲਾ ਖੈਰ ਕਰੇ, ਠੀਕ ਹੈ ਨਾ। ਆ ਗਿਆ ਹੁਣ ਮੇਰਾ ਪੁੱਤ, ਕਿੱਧਰ ਗਿਆ, ਕਿੱਧਰ ਗਿਆ, ਆ ਗਿਆ, ਠੀਕ ਹੈ ਨਾ। ਚਲੋ ਐਵੇਂ ਚੁੱਕੋ, ਇੱਧਰ ਸਾਈਡ 'ਤੇ ਰੱਖੋ, ਠੀਕ ਹੈ ਨਾ, ਉਹ ਜਿਹੜਾ ਪਿਆ ਵਾ ਉਹ ਬਾਜਰਾ, ਪਹਿਲੇ ਆਂਡਾ ਨਹੀਂ ਖਾਣਾ, ਹੈਂ, ਹਾਂ
ਅੱਛਾ ਅੱਛਾ ਇਸ ਮੇਰੇ ਪੁੱਤ ਨੂੰ ਨਾ ਬੱਕਰੀਆਂ ਦੀ ਸਭ ਤੋਂ ਜ਼ਿਆਦਾ ਫਿਕਰ ਹੁੰਦੀ ਆ ਕਿ ਮੇਰੀਆਂ ਬੱਕਰੀਆਂ ਰੱਜੀਆਂ ਰਹਿਣ, ਬਾਕੀ ਗੱਲਾਂ ਬਾਅਦ ਵਿੱਚ। ਅੱਛਾ ਅੱਲਾ ਖੈਰ ਕਰੇ, ਅੱਜ ਤੋਂ ਨਾ ਕੁਛ ਦਿਨ ਪਹਿਲੇ ਵਲੋਗ ਦੇ ਵਿੱਚ ਮੈਂ ਦਿਖਾਈ ਸੀ ਅਲੀ ਰਜ਼ਾ ਨੇ ਪਾਲਕ ਬੀਜੀ ਹੋਈ ਆ, ਠੀਕ ਹੈ ਨਾ, ਹਾਲੇ ਝਾੜੂ ਵਗੈਰਾ ਵਿਹੜੇ ਦੇ ਵਿੱਚੋਂ ਇਹਨਾਂ ਨੇ ਮਾਰਨਾ ਵਾ, ਸਾਰਾ ਸਾਫ਼ ਸੁਥਰਾ ਕਰਨਾ, ਅਤੇ ਅੱਜ ਨਾ ਪਾਲਕ ਦੁਬਾਰਾ ਦਿਖਾਉਣਾ। ਮਾਸ਼ਾਅੱਲਾ ਵੱਡੀ ਵੱਡੀ ਹੋ ਗਈ ਅਲੀ ਰਜ਼ਾ, ਵੱਡੀ ਵੱਡੀ ਹੋ ਗਈ, ਠੀਕ ਹੈ ਨਾ। ਮਾਸ਼ਾਅੱਲਾ ਜੀ, ਪਾਲਕ ਚੈੱਕ ਕਰੋ ਅਲੀ ਰਜ਼ਾ ਦੀ ਨਾ ਪਾਲਕ, ਔਰ ਇੱਧਰ ਸ਼ਤੂਤ, ਠੀਕ ਹੈ ਨਾ, ਸ਼ਤੂਤ ਵੀ ਫੁੱਟਿਆ ਹੋਇਆ, ਦੇਖੋ ਮੁੜ ਤੋਂ ਫੁੱਟਣ ਦਿਆ ਵਾ, ਉੱਤੋਂ ਵੀ ਹਰਾ ਹੀ ਹਲੇ, ਠੀਕ ਹੈ ਨਾ, ਅਤੇ ਪਾਲਕ ਮਾਸ਼ਾਅੱਲਾ ਨਾ ਵੱਡੀ ਵੱਡੀ ਹੋ ਗਈ। ਚਲੋ ਅੱਛਾ, ਅੱਲਾ ਖੈਰ ਕਰੇ, ਠੀਕ ਹੈ ਨਾ। ਚਲੋ ਫਿਰ ਮੇਰਾ ਪੁੱਤ, ਕਰੋ ਜੋ ਕਰਨਾ, ਠੀਕ ਹੈ ਨਾ, ਵਾਇਰਲ ਲਿਆਉਣਾ ਵਾਇਰਲ ਲਿਆਓ, ਜਿੱਦਾਂ ਮੇਰਾ ਤਾਂ ਜ਼ੇਨ ਇਹ ਸੀਗਾ, ਠੀਕ ਹੈ ਨਾ, ਮੈਂ ਤਾਂ ਛਾਪਰ ਓਪਨ ਕਰਨ ਲੱਗਾ ਸੀ ਕੁਕੜੀਆਂ ਸ਼ਾਇਦ ਆਂਡਾ ਦੇ, ਚਲੋ ਉਨੀ ਦੇਰ ਤੱਕ ਸ਼ਾਇਦ ਦੇ ਦੇਵੇ, ਹਲੇ ਨਾ ਹੀ ਹਿਲਾਈਏ ਹੈ, ਉਹ ਫਿਰ ਉੱਠ ਪੈਂਦੀ ਨਾ, ਫਿਰ ਤੰਗ ਕਰਦੀ ਆ, ਫਿਰ ਨਾ ਪਤਾ ਨਹੀਂ ਹੁੰਦਾ ਹੈਗਾ ਕਿਹੜੇ ਟਾਈਮ ਦਊ, ਹੁਣ ਤਾਂ ਬੈਠੀ ਨਾ, ਹੁਣ ਜ਼ਰਾ ਥੋੜ੍ਹਾ ਲੇਟ ਹੈ ਨਾ ਕਰਕੇ, ਅਤੇ ਸ਼ਾਦੀਆ ਉਹਨੂੰ ਨਾ ਜ਼ਰਾ ਵਿਹੜਾ ਸਾਫ਼ ਕਰ ਲੈਂਦੀ, ਕਿਉਂ ਵੀ ਸ਼ਾਦੀਆ ਸਹੀ ਹੈ ਨਾ। ਮਾਸ਼ਾਅੱਲਾ ਅਲਹਮਦੁਲਿਲਾ ਮੈਂ ਫਰੈਸ਼ ਹੋ ਚੁੱਕਿਆ, ਅੱਲਾ ਖੈਰ ਕਰੇ, ਮੂੰਹ ਧੋ ਲਿਆ, ਤਾਂ ਤੁਸੀਂ ਚੋਰੀ ਸਾਹਿਬ ਫਰੈਸ਼ ਹੋ ਜਾਓ, ਫਰੈਸ਼ ਹੋ ਲੈਣਾ ਸੀ, ਚਮਲਿਕਮ ਵਾਲੇਕੁਮ ਸਲਾਮ, ਫਰੈਸ਼ ਹੋ ਲੈਣਾ, ਫਰੈਸ਼ ਨਹੀਂ ਹੋਏ। ਅੱਛਾ ਚਲੋ ਜਾਓ, ਦਰਜੀ ਨੂੰ ਪੈਸੇ ਦਿੱਤੇ ਹੋਏ ਵਾ, ਠੀਕ ਹੈ ਨਾ, ਦਰਜੀ ਨੂੰ ਪੈਸੇ ਦਿੱਤੇ ਹੋਏ ਸੂਟ ਸੀਨ ਲੈਣ ਦੇ, ਠੀਕ ਹੈ ਨਾ, ਅਤੇ ਜਾ ਕੇ ਨਾ ਸੂਟ ਨਾ ਲੈ ਆਓ, ਠੀਕ ਹੈ ਨਾ, ਅਤੇ ਮੈਂ ਨਹੀਂ ਜਾਣਾ, ਮੈਨੂੰ ਪਤਾ ਤੂੰ ਕਿਹੜਾ ਕੰਮ ਕਹਿਣਾ ਨਾ ਮੈਨੂੰ, ਕਿ ਮੈਂ ਵੀ ਜਾਣਾ ਅਤੇ ਤੂੰ ਨਹੀਂ ਜਾਣਾ, ਠੀਕ ਹੈ ਨਾ, ਭਾਈ ਦੋਨੋਂ ਜਾਂਦੇ ਵਾ, ਠੀਕ ਹੈ ਮੇਰੇ ਪੁੱਤ, ਹਾਂ ਦੋਨੋਂ ਜਾਓ, ਜਾ ਕੇ ਕੱਪੜੇ ਲੈ ਕੇ ਆਓ ਅਤੇ ਜਲਦੀ ਆ ਜਾਓ, ਠੀਕ ਹੈ, ਚੱਲ ਨਿਕਲੋ, ਓਕੇ। ਤਾਨਾ ਹੋ ਰਹੀਆਂ, ਠੀਕ ਹੈ ਨਾ, ਔਰ ਅਲੀ ਰਜ਼ਾ ਤਾਂ ਸਮੀ ਉੱਲਾ 'ਤੇ ਚਲੇ ਗਏ, ਅਤੇ ਬੇਗਮ ਸਾਹਿਬਾ ਨੇ ਸਾਰਾ ਵਿਹੜਾ, ਮੈਂ ਕਿਹਾ ਇੱਕ ਮਿੰਟ ਸਾਈਡ 'ਤੇ ਹੋ, ਜ਼ਰਾ ਵਿਹੜੇ ਦਾ ਨਾ ਮੈਂ ਜ਼ਰਾ ਦਰਸ਼ਨ ਵਗੈਰਾ ਕਰਾ ਦਾ, ਸਾਰਾ ਸਾਫ਼ ਸੁਥਰਾ ਹੋ ਚੁੱਕਿਆ ਵਾ ਵਿਹੜਾ ਅਲਹਮਦੁਲਿਲਾ, ਔਰ ਸਿਰਫ ਨਾ ਲਸਣ ਵਾਲੀ ਜਗ੍ਹਾ ਰਹਿ ਗਈ ਆ। ਅਲੀ ਰਜ਼ਾ ਹੁਣ ਜਿੰਨੀ ਦੇਰ ਨੂੰ ਆਉਂਦੇ ਵਾ, ਠੀਕ ਹੈ ਨਾ, ਇਹ ਮੁੜ ਕੇ ਪੱਤੇ ਪੁੱਤੇ ਵਿੱਚੋਂ ਚੁਗਾਉਣੇ ਆ, ਅਤੇ ਚਲੋ ਅੱਛਾ ਅੱਲਾ ਖੈਰ ਕਰੇ, ਉਨੀ ਦੇਰ ਥੋੜ੍ਹੀ ਜਿਹੀ ਜ਼ਰਾ ਬ੍ਰੇਕ ਕਰਦੇ ਵਾਂ, ਕਿਉਂਕਿ ਅਜ਼ਾਨਾਂ ਹੋ ਰਹੀਆਂ ਵਾ। ਕਿਉਂ ਬਈ, ਲਾਈਏ ਬ੍ਰੇਕ ਫਿਰ? ਚਲੋ ਜੀ, ਇੱਦਾਂ ਕਰੋ, ਕਹਿ ਅਸੀਂ ਉਨੀ ਦੇਰ ਬ੍ਰੇਕ ਕਰਦੇ ਹਾਂ, ਬ੍ਰੇਕ ਕਰਦੇ ਹਾਂ, ਤੁਹਾਨੂੰ ਕੀ ਚਾਹੀਦਾ, ਤੁਸੀਂ ਕਦ ਮਗਰ ਆ ਕੇ, ਪਾਣੀ ਵੀ ਪਿਆ ਸਾਰਾ ਕੁਛ, ਅਤੇ ਅੱਲਾ ਖੈਰ ਕਰੇ। ਹਾਂਜੀ ਜਨਾਬ, ਕੀ ਗੱਲ, ਖੈਰ ਆ? ਹਾਂਜੀ ਮੈਂ ਕੀ ਜਾਣਦਾ, ਕੀ ਚਾਹੀਦਾ? ਪਾਣੀ ਪੀਣਾ ਸ਼ਹਿਜ਼ਾਦਿਆਂ ਨੇ, ਸ਼ਰੀਂਕ ਖਾ ਲਿਆ, ਸ਼ਰੀਂਕ ਖਾ ਕੇ ਨਾ ਰੱਜ ਕੇ ਹੁਣ ਸਾਈਡ ਲਾ ਕੇ ਖਲੋਤੇ ਹੋਏ ਵਾ। ਤਾਜ਼ੀਆਂ ਨੇ ਵਿਹੜਾ ਸਾਰਾ ਸਾਫ਼ ਕੀਤਾ ਵਾ, ਹੁਣ ਹਰ ਚੀਜ਼ ਚੱਕ ਦਿੱਤੀ ਵਾ, ਠੀਕ ਹੈ ਨਾ, ਅਤੇ ਇਹ ਵੀ ਅੱਲਾ ਖੈਰ ਕਰੇ, ਇਹ ਰਹਿ ਗਏ, ਹਾਂ ਬਹੁਤ ਆ ਗਿਆ। ਚਲੋ ਜੀ ਮਾਸ਼ਾਅੱਲਾ, ਲਿਆ ਕੱਪੜੇ ਕਿ ਸਾਰੇ ਸੂਟ ਸਿਲੇ, ਅਤੇ ਉਹ ਸ਼ਹਿਜ਼ਾਦਾ ਲਿਓ ਜੀ ਸੂਟ ਵੀ ਸਾਡੇ ਸਿਲ ਕੇ ਅਲਹਮਦੁਲਿਲਾ ਆ ਚੁੱਕੇ ਆ, ਹੁਣ ਪਾ ਕੇ ਦਿਖਾਈਏ ਜਾਂ ਇੱਦਾਂ ਹੀ ਦਿਖਾ ਦਈਏ ਪਹਿਲੇ, ਹੈਂ ਇੱਦਾਂ ਦਿਖਾ ਦਈਏ ਪਹਿਲੇ, ਮੈਂ ਕਿਹਾ ਪਾ ਕੇ ਦਿਖਾਵਾਂਗੇ, ਹੈਂ ਚੱਲ ਕੱਲ ਕੱਲ੍ਹ ਨੂੰ ਜੁਮਾ, ਕਿਹੜਾ ਦੇਰ ਆ ਜੀ ਮੈਨੂੰ, ਅੱਛਾ ਚੱਲ ਲਿਆਓ, ਆਪਾਂ ਇੱਦਾਂ ਦਿਖਾ ਦਿੰਦੇ, ਲਿਆਓ ਫਿਰ, ਲਿਆਓ ਲਿਆਓ ਲਿਆਓ, ਇਹ ਕਿਹਦੇ ਸਿਲੇ ਵਾ? ਪਾ ਮੇਰੇ ਸਮੀ ਉੱਲਾ ਦੇ, ਤਾਂ ਤੁਹਾਡੇ ਅਤੇ ਗੁਲਾਮ ਮੁਹੰਮਦ ਦੇ, ਪਾ ਨਹੀਂ ਉਹ ਕਹਿੰਦਾ ਕੱਪੜਾ ਨਹੀਂ ਬਚਿਆ, ਕੱਪੜਾ ਨਹੀਂ ਬਚਿਆ, ਓ ਨਹੀਂ ਸੋਚੀ ਦਾ, ਪਾ ਨਹੀਂ ਬਚਿਆ, ਦੇਖ ਲਓ, ਆ ਦੇਖੋ ਦੋ, ਕਿਉਂਕਿ ਮੇਰਾ ਜਿਸਮ ਮੋਟਾ ਹੋ ਰਿਹਾ ਸੀ, ਮੈਂ ਸਿਲਾਏ ਸੀ ਦੋ ਸੂਟ ਇਕੱਠੇ, ਠੀਕ ਹੈ ਨਾ, ਇਹ ਦੋ ਸੂਟ ਮੇਰੇ, ਠੀਕ ਹੈ ਨਾ, ਲੈ ਕੇ ਤਾਂ ਮੈਂ ਇੰਨਾ ਬੜਿਆ ਆਇਆ ਸੀਗਾ ਕੱਪੜਾ, ਮੈਂ ਕਿਹਾ ਸੀਗਾ ਕਿ ਪੂਰੇ ਬਣਨਗੇ, ਸਮਝ ਨਹੀਂ ਆਈ ਹੈਗੀ, ਇਹ ਦੋ ਸੂਟ ਤਾਂ ਹੋ ਗਏ ਵੀ ਮੇਰੇ, ਠੀਕ ਹੈ ਨਾ, ਕਿਉਂਕਿ ਮੈਂ ਦੋ ਦੋ ਇੰਚ ਰੱਖ ਕੇ ਨਾ ਖੁਲਵਾ ਕੇ ਫਿਰ ਸਵਾਏ, ਕਿਉਂਕਿ ਮੇਰੇ ਕੱਪੜੇ ਸਾਰੇ ਫਿਟਿੰਗ ਦੇ ਵਿੱਚ, ਅਤੇ ਮੈਂ ਚੁੱਕ ਚੁੱਕ ਕੇ ਨਾ, ਯਕੀਨ ਕਰੋ ਕਿ ਨਾ ਕੁਛ ਆਪਣੇ ਬੇਨੋਈ ਨੂੰ ਸੂਟ ਦੇ ਦਿੱਤੇ, ਅਤੇ ਇੱਕ ਗੁਆਂਢੀ ਨੂੰ ਦੇ ਦਿੱਤਾ, ਠੀਕ ਹੈ ਨਾ, ਕਿਉਂਕਿ ਮੇਰੇ ਪੂਰੇ ਕੋਈ ਨਹੀਂ ਆ ਰਹੇ ਸੀਗੇ, ਅਤੇ ਮੈਂ ਇਸ ਕਰਕੇ ਮੇਰੀ ਭੈਣ, ਜਿਸ ਤਰ੍ਹਾਂ ਕਿ ਮੈਂ ਦੱਸਦਾ ਉਮੈਰ ਭਾਈ ਦੀ ਭੈਣ, ਮੇਰੀ ਭੈਣ, ਅੱਲਾਹ ਤਾਲਾ ਉਹਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ,
ਅੱਲਾਹ ਤਾਲਾ ਉਹਨਾਂ ਨੂੰ ਆਪਣੇ ਜ਼ਮਾਨ 'ਚ ਰੱਖੇ, ਠੀਕ ਹੈ ਨਾ। ਅੱਲਾਹ ਤਾਲਾ ਉਹਦੀਆਂ ਹਰ ਮੁਸ਼ਕਲਾਂ ਆਸਾਨ ਕਰੇ। ਉਹਨਾਂ ਨੇ ਨਾ ਮਸਲਾ ਨਾ ਮੇਰਾ ਦੇਖਿਆ ਨਾ, ਉਹਨਾਂ ਨੇ ਕਿਹਾ ਗਫਾਰ ਬਾਈ ਤੁਸੀਂ ਨਾ ਖੁੱਲ੍ਹੇ ਕਰਕੇ ਸਿਲਾਉਣਾ। ਇਸ ਦਫ਼ਾ ਮੈਂ 2 ਇੰਚ ਦਾ ਨਾ ਨਾਪ ਜਿਹੜਾ ਵਾਧੂ ਦੇ ਗਿਆ ਕਿ ਖੁੱਲ੍ਹੇ ਮੇਰੇ ਸੀਪਣ। ਦੇਖਾਂਗੇ ਅੱਲਾਹ ਖੈਰ ਕਰੇ ਪਾ ਕੇ। ਇਹ 2 ਸੂਟ ਮੇਰੇ ਹੋ ਗਏ, ਠੀਕ ਹੈ ਨਾ। ਇਹ 2 ਸੂਟ ਕੱਪੜਾ ਕੋਈ ਨਹੀਂ ਬਚਿਆ ਸੀ ਵਿੱਚੋਂ ਭਾ, ਇੱਕ ਦਾ ਬਚਿਆ ਬਸ। ਅੱਛਾ ਇਹਦੇ ਬਚਿਆ ਬਸ, ਉਹ ਵੀ ਥੋੜ੍ਹਾ ਜਿਹਾ ਵਾ। ਇਹ ਜੀ ਮੈਂ ਹੁਣ ਤਹਿਮਾ ਨਹੀਂ ਖੋਲ੍ਹਦਾ ਹੈਗਾ, ਠੀਕ ਹੈ ਨਾ। ਇਹਦੇ ਵਿੱਚੋਂ ਇੱਕ ਅਲੀ ਰਜ਼ਾ ਦਾ ਅਤੇ ਇੱਕ ਸਮੀਰ ਦਾ ਸਾ। ਮੇਰਾ ਗੁਲਾਮ ਮੁਹੰਮਦ ਰਹਿ ਗਿਆ ਉੱਦਾਂ ਹੀ, ਠੀਕ ਹੈ ਨਾ। ਹੁਣ ਗੁਲਾਮ ਮੁਹੰਮਦ ਵਾਸਤੇ ਸਪੈਸ਼ਲ ਸਾਨੂੰ ਲਿਆਉਣੇ ਪੈਣੇ ਫਿਰ ਦੁਬਾਰਾ, ਹੈਂ ਆਦੀ ਅਤੇ ਰਾਤੀ ਜਿਵੇਂ ਸੋਬਤ ਖਵਾਈ ਉਹ ਤਾਂ ਚੰਗਾ ਹੋਇਆ ਵੈਸੇ। ਅਤੇ ਸੋਬਤ ਵਾਰੀ ਸਾਡੇ ਕੋਲ ਪੈਸੇ ਨਹੀਂ ਜਿਹੜੇ ਲਏ ਨਾ, ਉਹਦੇ ਨੂੰ ਪੈਸੇ ਦੇ ਨਾ ਵਾਪਸ, 3 ਸੂਟ ਲਿਆ ਕੇ ਦਿਓ, ਹੈਂ। ਕਿਉਂ ਵੀ ਪੈਸੇ ਨੇ ਵਾਪਸ ਲੈ ਲਏ ਨਾ ਸਾਰੇ, ਹਾਂਜੀ। ਆਪਣੇ ਸੋਬਤ ਵੀ ਖਵਾ ਤੀ ਸਾਨੂੰ, ਸਾਡੇ ਕੋਲ ਪੈਸੇ ਵੀ ਸਾਰੇ ਨੇ ਸੋਬਤ ਦੇ ਲੈ ਲਏ ਵਾਪਸ, ਠੀਕ ਹੈ ਨਾ। ਰੋ ਪਿਆ ਕਹਿੰਦਾ ਮੇਰੇ ਪੈਸੇ ਸਾਰੇ ਵਾਪਸ ਹੋ, ਪੈਸੇ ਵੀ ਲੈ ਲਏ। ਹੁਣ ਪੈਸੇ ਦੇ ਅਤੇ ਤੈਨੂੰ ਸੂਟ ਲਿਆ ਕੇ ਦੇ, ਨਹੀਂ ਤਾਂ ਤੇਰਾ ਸੂਟ ਕੋਈ ਨਹੀਂ ਹੈਗਾ। ਆਹ ਦੇਖ, ਇਹ ਆਹ ਦੇਖ, ਆਹ ਹੋ ਗਿਆ ਅਲੀ ਰਜ਼ਾ ਦਾ, ਆਹ ਮੈਨੂੰ ਸਕਦੇ ਨਹੀਂ ਸਮੀਰ ਲਾ, ਠੀਕ ਹੈ ਨਾ। ਆਹ 2 ਮੇਰੇ, ਕਿੱਦਾਂ ਪੈਸੇ ਲਿਆ, ਮੈਂ ਸੂਟ ਲਿਆ, ਮੈਂ ਭੱਜ ਕੇ ਤੇਰਾ, ਹਾਂ ਪਾਣਾ ਨਹੀਂ ਪਾਣਾ, ਹਾਂ ਨਹੀਂ ਪਾਣਾ। ਪੈਸਿਆਂ ਮਰੀ ਬਹੁਤ ਸਿਆੜਾ ਵਾਕਈ। ਇੱਕ ਤੇਰੀ ਪੁੱਪੋ ਨੇ ਨਾ ਕਮੈਂਟ ਕੀਤਾ ਸੀ, ਕਹਿੰਦੀ ਵਾਕਈ ਬਹੁਤ ਵੱਡੀ ਫਿਲਮ ਆ, ਤਾਂ ਵਾਕਈ ਫਿਲਮ ਆਏ, ਵਾਕਈ ਫਿਲਮ। ਚੱਲ ਮੇਰੇ ਪੁੱਤ ਨੇ ਇਹਨਾਂ ਨੂੰ ਚੁੱਕੋ ਅੰਦਰ ਰੱਖੋ, ਅਤੇ ਇਨਸ਼ਾਅੱਲਾ ਸਵੇਰੇ ਨਾ ਇਸਤਰੀ ਕੀਤੇ ਹੋਏ ਵਾ, ਠੀਕ ਹੈ ਨਾ। ਇਸੇ ਤਰ੍ਹਾਂ ਹੀ ਨਾ ਰੱਖ ਦਿਓ, ਬਸ ਇੱਦਾਂ ਦਿਖਾਏ, ਫਿਰ ਇਨਸ਼ਾਅੱਲਾ ਨਾ ਪਾ ਕੇ ਦਿਖਾਵਾਂਗੇ। ਅਤੇ ਗੁਲਾਮ ਮੁਹੰਮਦ ਦਾ ਵਾਕਈ ਸੂਟ ਕੋਈ ਨਹੀਂ ਸਿਲਿਆ ਹੈਗਾ, ਠੀਕ ਹੈ ਨਾ। ਮੈਂ ਆਪਣੀ ਜਗ੍ਹਾ ਕੱਪੜਾ ਤਾਂ ਫਾਲਤੂ ਲੈ ਗਿਆ ਸੀ, ਲੇਕਿਨ ਕਨਫਰਮ ਪਤਾ ਨਹੀਂ ਲੱਗਾ ਹੈਗਾ ਕਿਉਂ ਨਹੀਂ ਸੂਟ ਸਿਲਿਆ ਹੈਗਾ, ਠੀਕ ਹੈ ਨਾ। ਅਤੇ ਇਨਸ਼ਾਅੱਲਾ ਮੈਂ ਆਪਣੇ ਪੁੱਤ ਨੂੰ ਆ ਜਾ, ਮੈਂ ਆਪਣੇ ਪੁੱਤ ਨੂੰ ਨਾ ਉੱਥੋਂ ਰੈਡੀਮੇਡ ਸੂਟ ਲੈ ਕੇ ਦਊਂਗਾ, ਕਿਉਂਕਿ ਪੁੱਪੂ ਨੇ ਮੇਰੇ ਪੁੱਤ ਵਾਸਤੇ ਤਾਂ ਸਪੈਸ਼ਲ ਕਿਹਾ ਵਾ ਕੱਪੜਿਆਂ ਦਾ, ਹੈ। ਮੇਰੇ ਪੁੱਤ ਦੇ ਨਹੀਂ ਸਿਲਿਆ ਨਾ, ਮੈਂ ਰੈਡੀਮੇਡ ਤੈਨੂੰ ਪੈਂਟਾਂ ਸ਼ਰਟਾਂ ਲੈ ਕੇ ਦਊਂ, ਠੀਕ ਆ। ਹਾਂ ਪੈਂਟਾਂ ਸ਼ਰਟਾਂ ਮੈਂ ਆਪਣੇ ਪੁੱਤ ਨੂੰ ਲੈ ਕੇ ਦਊਂਗਾ, ਠੀਕ ਹੈ ਨਾ। ਫਿਰ ਇਨਸ਼ਾਅੱਲਾ ਅੱਜ ਵੈਸੇ ਬਣਦਾ ਕਿ ਅੱਜ ਜਾਈਏ, ਲੇਕਿਨ ਅੱਜ ਨਹੀਂ ਜਾਵਾਂਗੇ, ਠੀਕ ਹੈ ਨਾ। ਅੱਜ ਵੈਸੇ ਹੀ ਥੱਕ ਗਏ ਮੈਂ ਕੰਮ ਘਰ ਦੇ ਘਰ ਕਰਕੇ, ਠੀਕ ਹੈ ਨਾ। ਔਰ ਅੱਲਾ ਖੈਰ ਕਰੇ ਹੁਣ ਇਨਸ਼ਾਅੱਲਾ ਸੁਬਹਾ ਜਾਵਾਂਗੇ, ਅਤੇ ਸੁਬਹਾ ਕਿਉਂਕਿ ਅਸੀਂ ਇੱਕ ਹੋਰ ਕੰਮ ਵੀ ਜਾਣਾ ਵਾ ਅੱਗੇ, ਇੱਕ ਭੱਠੇ 'ਤੇ ਜਾਣਾ ਮਤਲਬ, ਠੀਕ ਹੈ ਨਾ। ਹੋਰ ਕੰਮ ਵੀ ਜਾਣਾ, ਅਤੇ ਉੱਥੋਂ ਫਿਰ ਅਸੀਂ ਵਾਪਸੀ ਆਉਂਦੇ ਆਪਣੇ ਪੁੱਤ ਦਾ ਸੂਟ ਵੀ ਲੈ ਕੇ ਆਉਂਗੇ, ਸਹੀ ਹੈ। ਕੱਲ੍ਹ ਨੂੰ, ਕੱਲ੍ਹ ਸ਼ਾਮ ਨੂੰ ਅਸੀਂ ਇਹਦਾ ਸੂਟ ਲੈ ਕੇ ਆਵਾਂਗੇ ਜੀ। ਜਿਸ ਤਰ੍ਹਾਂ ਕਿ ਅਲੀ ਰਜ਼ਾ ਨਾਲ ਵਾਅਦਾ ਕੀਤਾ ਸੀ, ਹੁਣ ਕਰਨ ਲੱਗੇ ਅਸੀਂ ਖੁੱਡੇ ਦੀ ਓਪਨਿੰਗ। ਕਾਫੀ ਟਾਈਮ ਹੋ ਚੁੱਕਿਆ ਵਾ, ਠੀਕ ਹੈ ਨਾ। ਚੋਰੀ ਸਾਹਿਬ ਆ ਕੇ ਤਿਆਰੀ ਸ਼ਿਆਰੀ ਕਰ ਲਈ, ਕਰ ਲਈ। ਅਤੇ ਤੁਸੀਂ ਵੀ ਮੂੰਹ ਹੱਥ ਲਓ, ਵੇਖ ਲਓ, ਛੋਟੇ ਭਰਾ ਨੂੰ ਹੀ ਦੇਖ ਲਓ, ਉਹਦੇ ਵਾਲੇ ਦੇਖ ਕੇ ਕੋਈ ਅਕਲ ਸਿੱਖ ਲਾ, ਠੀਕ ਹੈ ਨਾ। ਅਤੇ ਖੈਰ ਅਸੀਂ ਕਰਨ ਲੱਗੇ ਖੁੱਡੇ ਦੀ ਓਪਨਿੰਗ। ਆ ਜਾ ਬਈ ਸਮੇਂ, ਆ ਜਾ, ਠੀਕ ਹੈ ਨਾ। ਕੁੱਕੜੀ ਉੱਠ ਨਾ ਜਾਵੇ, ਠੀਕ ਹੈ ਨਾ। ਪਿਆਰ ਨਾਲ ਨਾ ਦੇਖ, ਜਿਹੜਾ ਤਾਂ ਛੱਪੜ ਥਾ ਤਾਂ ਕਰ ਨਾ, ਛੱਪੜ ਤਾਂ ਕਰ। ਚੱਲ ਦੇਖ, ਦਿੱਤਾ ਉਹ ਦਿੱਤਾ, ਉਹ ਅੰਡਾ ਅਲੀ ਰਜ਼ਾ ਦੀ ਕਿਸਮ ਨੂੰ ਦਿੱਤਾ। ਕਿੱਥੇ ਕੁੱਕੜੀ, ਕਿੱਥੇ ਆ ਕੁੱਕੜੀ? ਉਹ ਪਰੇ ਜਾ ਕੇ ਬੈਠੀ। ਅੱਛਾ ਕੁੱਕੜ ਉਹਨੂੰ ਨਾ ਵਿਚਾਰੇ ਨੂੰ ਨਾ ਮਾਰਦਾ ਵਾ ਮੈਨੂੰ ਲੱਗਦਾ, ਤਾਂ ਕਰਕੇ। ਚੱਲ ਕੱਢ ਲਾ, ਕੱਢ ਲਾ ਅੰਡਾ, ਕੱਢ। ਚਲੋ ਹੁਣ ਅਲੀ ਰਜ਼ਾ ਅੰਡਾ ਦਿਖਾ ਦੇ, ਅੰਡਾ ਦਿਖਾਓ। ਖੁਸ਼, ਖੁਸ਼ੀਆਂ ਹੀ ਖੁਸ਼ੀਆਂ, ਮੇਰੇ ਪੁੱਤ ਨੂੰ ਅੰਡਾ ਮਿਲ ਗਿਆ। ਵਾਅਦਾ ਮੈਂ ਕੀਤਾ ਸੀ, ਮੈਂ ਕਿਹਾ ਅੱਜ ਕੁੱਕੜੀ ਬੈਠੀ ਹੋਈ, ਅੰਡਾ ਦੇਣਾ, ਅੰਡਾ ਦੇ ਤਾ ਕੁੱਕੜੀ ਨੇ। ਚਲੋ ਜੀ, ਆ ਜਾਓ ਬਈ, ਆ ਜਾਓ, ਆ ਜਾਓ, ਆ ਜਾਓ। ਮੰਮਾ ਨੂੰ ਵੀ ਦਿਖਾ, ਮੰਮਾ ਕੋਈ ਕਬਰੀ ਦੇਖ, ਕੁੱਕੜੀ ਨੇ ਅੰਡਾ ਦੇਤਾ, ਠੀਕ ਹੈ ਨਾ। ਚਲੋ ਇੱਧਰ ਨਿਕਲੋ, ਇੱਧਰ ਨਿਕਲੋ। ਅੱਗੇ ਅਸੀਂ ਨਾ ਇੱਦਾਂ ਮੰਜੀ ਲਾ ਦਿੰਦੇ, ਕਿਉਂਕਿ ਇੱਧਰ ਇੱਧਰ ਬਸ, ਚੱਲ ਇੱਥੇ ਲਾ ਦੇ। ਚੱਲ ਇੱਧਰ ਲਾ ਦਿੰਦੇ ਵਾ, ਤਾਂ ਕਿ ਨਾ ਕੁੱਕੜ ਐਂ ਨੂੰ ਨਾ ਆਉਣ। ਟੈਂਕੀ ਦਾ ਨਾ ਸਾਡਾ ਨਾ ਕੁੰਡਾ ਟੁੱਟ ਗਿਆ ਸੀ, ਕੱਲ੍ਹ ਦਾ ਦਿੱਤਾ ਸੀ ਮਾਨੀ ਬਾਈ ਨੂੰ ਟੈਂਕੀ। ਟੈਂਕੀ ਨਾ ਲੈ ਕੇ ਪਹੁੰਚ ਚੁੱਕਿਆ ਘਰ, ਅੱਲਾ ਖੈਰ ਕਰੇ। ਅਤੇ ਬੱਚੇ ਸਾਰੇ ਇੱਧਰ ਦਵਾ ਲਿਓ, ਤੂੰ ਆਪਣਾ ਅੰਡਾ ਬਾਲ ਕੇ ਖਾ, ਠੀਕ ਹੈ ਨਾ। ਕੁੰਡਾ ਨਵਾਂ ਲੱਗ ਗਿਆ, ਠੀਕ ਹੈ ਨਾ। ਰਬਟਾ ਸਹੀ ਤਰ੍ਹਾਂ ਲਵਾਈਆਂ ਨਾ ਮਾਨੀ, ਹੈਂ।
ਰਬਟਾਂ ਫਿੱਟ ਕਰਕੇ ਲਵਾਉਣੀਆਂ ਸੀ ਤਾਂ ਕਿ ਨਾ ਮੁੜ ਕੇ ਰਬਟਾਂ ਜਿਹੜੀਆਂ ਨਾ ਇਹ ਹੋ ਜਾਂਦੀ। ਚੱਲ ਮੇਰਾ ਪੁੱਤ ਚੁੱਕ ਲਓ ਟੈਂਕੀ, ਇਹ ਟੈਂਕੀ ਦਾ ਨਾ ਕੁੰਡਾ ਟੁੱਟ ਗਿਆ ਸੀਗਾ। ਚਲੋ ਸ਼ਾਬਾਸ਼, ਚਲੋ ਲੈ ਚਲੋ ਵੀ, ਲੈ ਚਲੋ ਲੈ ਚਲੋ ਲੈ ਚਲੋ ਚਲੋ ਪਿੱਛੇ ਹਟ ਜਾ ਪੁੱਤ, ਹੌਲੀ ਆ ਹੌਲੀ ਆ, ਖਾਲੀ ਆ ਟੈਂਕੀ, ਉਹ ਕਿਹੜਾ ਭਾਰੀ ਆ, ਲੈ ਲੈ ਬਸ। ਚਲੋ ਉਹਨੇ ਹਲੇ ਨਾਲੇ ਨਹਾਉਣਾ ਨਹੁਣਾ ਵੀ ਆ। ਚਲੋ ਜੀ ਅੱਲਾ ਖੈਰ ਕਰੇ, ਟੈਂਕੀ ਵੀ ਆ ਗਈ ਸਾਡੀ ਸ਼ਾਦੀਆ, ਟੈਂਕੀ ਆ ਗਈ, ਠੀਕ ਹੈ। ਉਹ ਦੇਖ ਲਾ ਟੈਂਕੀ ਕਿੱਦਾਂ ਲਾ ਤਾ ਉਹਨੇ, ਅਤੇ ਚੈੱਕ ਕਰ ਲਓ। ਅੱਜ ਬਲਕਿ ਨਾ ਮੈਂ ਨਹੀਂ ਕਰਦਾ ਵਲੋਗ ਦਾ ਐਂਡ, ਅੱਜ ਸਾਡੇ ਵਲੋਗ ਦਾ ਐਂਡ ਕਰੇਗਾ ਅਲੀ ਰਜ਼ਾ, ਸਮੀਉੱਲਾ, ਗੁਲਾਮ ਮੁਹੰਮਦ, ਤਿੰਨੋਂ ਜਾਣੇ। ਚਲੋ ਜੀ ਆ ਜਾਓ ਵੀ ਇਕੱਠੇ ਹੋਵੋ, ਵਲੋਗ ਦਾ ਕਰੋ ਐਂਡ ਇੱਥੇ। ਚਲੋ ਕਰੋ, ਚਲੋ ਕਹੋ, ਇੱਥੇ ਅਸੀਂ ਆਪਣੇ ਵਲੋਗ ਦਾ ਕਰਦੇ ਐਂਡ। ਅਗਰ ਮੇਰੇ ਭੈਣ ਭਰਾਵਾਂ ਨੂੰ ਸਾਡਾ ਵਲੋਗ ਅੱਛਾ ਲੱਗਾ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼, ਅੱਲਾ ਹਾਫਿਜ਼।